ਪਾਤਸ਼ਾਹ ਮਹਾਰਾਜ ਨੇ ਜੋ ਕੁਛ ਦੇਸ਼ ਨੂੰ ਦੇਣ ਦਿੱਤੀ ਹੈ ਇਹਦਾ ਅਵਦਾਨਾ ਕੌਮ ਕਦੇ ਵੀ ਨਹੀਂ ਮੋੜ ਸਕਦੀ। ਅੱਜ ਦੇ ਦੀਵਾਨ ਵਿੱਚ ਹੁਕਮ ਹੋਇਆ ਹੈ ਕਿ ਅਸੀਂ ਹਾਜ਼ਰ ਕਰੀਏ ਪ੍ਰਸੰਗ ਕਿ ਭਾਈ ਬਚਿੱਤਰ ਸਿੰਘ ਸਾਹਿਬ ਨੇ ਕਲਗੀਆਂ ਵਾਲੇ ਦੇ ਹੁਕਮ ਨਾਲ ਖੂਨੀ ਹਾਥੀ ਦਾ ਮੁਕਾਬਲਾ ਕਿਵੇਂ ਕੀਤਾ। ਸੰਗਤਾਂ ਵਿੱਚ ਹਾਜ਼ਰੀ ਲਵਾਉਣ ਲਈ ਫਤਿਹ ਬੁਲੰਦ ਕਰੀਏ ਬੇਨਤੀ ਕਰਦਿਆਂ ਅੱਜ ਦਾ ਪ੍ਰੋਗਰਾਮ ਟੈਕਸਲਾ ਟੀਵੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸਰਬ ਸਾਂਝੀ ਗੁਰਬਾਣੀ ਦੀ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਆਓ ਹਾਜ਼ਰੀ ਲਵਾਓ ਸਰਬੱਤ ਸੰਗਤ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇੱਕ ਗੱਲ ਸੋਚੀ ਕਿ ਕਮਜ਼ੋਰਾਂ ਦਾ ਜਿਉਣਾ ਕੋਈ ਜਿਉਣਾ ਨਹੀਂ ਹੈ, ਜੇ ਜਿਉਣਾ ਹੈ ਸੰਸਾਰ ਵਿੱਚ ਆਜ਼ਾਦੀ ਨਾਲ ਜਿਉਣ ਦੀ ਲੋੜ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੇ ਪਿਤਾ ਦੀ ਕੁਰਬਾਨੀ ਦੇ ਕੇ ਦੇਸ਼ ਵਿੱਚ ਇੱਕ ਨਵਾਂ ਮੋੜ ਲਿਆਂਦਾ। ਮੁਰਦੀ ਕੌਮ ਜਿਉਣ ਦੀ ਜਾਚ ਸਿੱਖਣਾ ਸੋਚਣ ਲੱਗ ਪਈ। ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਫੌਜ ਸਾਜ ਕੇ ਇੱਕ ਨਵਾਂ ਰੰਗ ਲਿਆਂਦਾ ਹੈ ਕੌਮ ਤੇ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲੱਗ ਗਏ ਨੇ। ਅਨੰਦਪੁਰ ਸਾਹਿਬ ਵਿੱਚ ਫੌਜਾਂ ਦੀਆਂ ਟ੍ਰੇਨਿੰਗਾਂ ਹੁੰਦੀਆਂ ਨੇ। ਅਨੰਦਪੁਰ ਸਾਹਿਬ ਵਿੱਚ ਤੀਰ ਅੰਦਾਜ਼ੀ ਹੋ ਰਹੀ ਹੈ। ਅਨੰਦਪੁਰ ਸਾਹਿਬ ਵਿੱਚ ਘੋੜ ਸਵਾਰੀ ਸਿਖਾਈ ਜਾ ਰਹੀ ਹੈ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਅਨੋਖੇ ਚੋਜ ਦੂਰ ਦੂਰ ਤੋਂ ਲੋਕ ਵੇਖਣ ਲਈ ਆ ਰਹੇ ਸਨ। ਕਿਸੇ ਵੇਲੇ ਕਵੀ ਦਰਬਾਰ ਹੁੰਦਾ ਸੀ, ਕਿਸੇ ਵੇਲੇ ਘੋੜ ਸਵਾਰੀ ਸਿਖਾਈ ਜਾਂਦੀ ਸੀ, ਕਿਸੇ ਵੇਲੇ ਸਿੱਖ ਸ਼ਿਕਾਰ ਚੜ੍ਹਦੇ ਸਨ, ਟਾਈਮ ਦੀ ਵੰਡ ਕੀਤੀ ਹੋਈ ਸੀ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਫੌਜ ਸਾਜ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਪਹਿਲਾ ਨਗਰ ਕੀਰਤਨ, ਪਹਿਲਾ ਜਲੂਸ ਕੱਢਿਆ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ, ਉਸ ਵੇਲੇ ਦੀ ਰੰਗ ਰੌਣਕ, ਉਸ ਵੇਲੇ ਦੀ ਸ਼ਾਨ ਮੇਰੇ ਸਾਥੀ ਗੁਰਮੁਖ ਸਿੰਘ ਐਮਏ, ਸਰਦਾਰਾ ਸਿੰਘ ਸ਼ੌਂਕੀ ਅਤੇ ਜਰਨੈਲ ਸਿੰਘ ਗੰਡੀ ਮੀਡੀਆ ਇਉਂ ਬਿਆਨ ਕਰ ਰਹੇ ਹਨ ਜੀ, ਸੁਣੋ। ਮੂਰੇ ਚੂਲ ਦੇ ਨਿਸ਼ਾਨ ਪੰਜ ਪੀਲੇ, ਮਗਰ ਨਗਾਰਾ ਖੜ ਕੇ ਪਿੱਛੇ ਖੇਡਦੇ ਨਿਹੰਗ ਸਿੰਘ ਗੱਤਕਾ, ਉਦੋਂ ਪਿੱਛੇ ਫੌਜੀ ਸੂਰਮੇ ਰਾਣੀ ਲੜਾਈ ਮਾਰਿਆ ਰਿਆਰ ਪਾਤਸ਼ਾਹ ਚੰਡੇ, ਚੂਲ ਦੇ ਨਗਾਰੇ ਆਉਂਦੇ ਵੱਜਦੇ ਨੀਲੇ ਰਸ ਲਾਹਰ ਪਾਤਸ਼ਾਹ। ਚੂਲ ਦੇ ਨਿਸ਼ਾਨ ਪੰਜ ਪੀਲੇ, ਮਗਰ ਨਗਾਰਾ ਖੜ ਕੇ ਪਿੱਛੇ ਖੇਡਦੇ ਨਿਹੰਗ ਸਿੰਘ ਗੱਤਕਾ, ਉਦੋਂ ਪਿੱਛੇ ਫੌਜੀ ਸੂਰਮੇ ਰਾਣੀ ਲੜਾਈ ਮਾਰਿਆ ਰਿਆਰ ਪਾਤਸ਼ਾਹ ਚੰਡੇ, ਚੂਲ ਦੇ ਨਗਾਰੇ ਆਉਂਦੇ ਵੱਜਦੇ ਨੀਲੇ ਰਸ ਲਾਹਰ ਪਾਤਸ਼ਾਹ। ਨਾਵੇਂ ਗੁਰਾਂ ਦਾ ਗੋਬਿੰਦ ਸਿੰਘ ਪਿਆਰਾ, ਨਾਵੇਂ ਗੁਰਾਂ ਦਾ ਗੋਬਿੰਦ ਸਿੰਘ ਪਿਆਰਾ, ਗੁਜਰੀ ਦਾ ਚੰਨ ਚਮਕੇ ਸਿਰ ਕਲਗੀ ਮਹਾਰਾ ਦੀ ਦਮਕਾ, ਮੱਠੀ ਮੱਠੀ ਮਾਲਾ ਫੇਰਦਾ ਪੈਰੂ ਉਠਾਉਣਾ ਰੱਖਦਾ ਵਿਚਾਰ ਪਾਤਸ਼ਾਹ ਚੰਡੇ, ਚੂਲ ਦੇ ਨਗਾਰੇ ਉਰੇ ਵੱਜਦੇ ਨੀਲੇ ਰਸ ਲਾਹਰ ਪਾਤਸ਼ਾਹ। ਇੱਕ ਨਾਲ ਕਵੀਆਂ ਦੀ ਟੋਲੀ ਭਰਦੇ ਖੁਸ਼ੀ ਚ ਸ਼ਹਿਰੀਆਂ, ਆਪ ਕਾਵ ਦੇ ਮਹਾਨ ਲਿਖਾਰੀ ਵਿਦਿਆ ਦੇ ਹੜ ਜਾਪਦੇ ਗੱਤ ਰਸ ਨਹਿਰੀ ਚੋਲਾ ਸੁਨਹਿਰੀ ਚੋਲਾ, ਜਾਪੇ ਸਰਕਾਰ ਪਾਤਸ਼ਾਹ ਚੰਡੇ, ਚੂਲ ਦੇ ਨਗਾਰੇ ਉਰੇ ਵੱਜਦੇ ਨੀਲੇ ਰਸ ਲਾਹਰ ਪਾਤਸ਼ਾਹ। ਕਰੇ ਖੇਡਾਂ ਇਹਨਾਂ ਦਾ ਹਾਥੀ ਚੁੱਕ ਕੇ ਲਿਆਵੇ ਤੀਰ ਨੂੰ, ਐਸਾ ਵੇਖਿਆ ਸ਼ਕੀਨ ਸ਼ਿਕਾਰੀ ਮੁਕਤੀ ਦਾ ਦਾਨ ਵੰਡਦਾ, ਮਾਰਦਾ ਸ਼ਾਲਾ ਹੱਸਦਾ ਦਿੱਤਾ ਹਰ ਪਾਤਸ਼ਾਹ ਚੰਡੇ, ਚੂਲ ਦੇ ਨਗਾਰੇ ਉਰੇ ਵੱਜਦੇ ਨੀਲੇ ਰਸ ਲਾਹਰ ਪਾਤਸ਼ਾਹ। ਇਹਨਾਂ ਦਿੱਲੀ ਨੂੰ ਤੋਰਿਆ ਬਾਪੂ, ਦਿੱਲੀ ਨੂੰ ਤੋਰਿਆ ਬਾਪੂ, ਹਿੰਦ ਦਾ ਧਰਮ ਰੱਖਿਆ ਕਦੇ ਮੌਤ ਜਰਾ ਨਹੀਂ ਡਰਦਾ, ਕਾਨੂੰ ਬਿਆਨੇ ਤਾਰਦਾ ਜਾਣੇ ਡੁਬਾਣ ਲੱਗੇ ਬੇੜੇ ਪਾਲਾ ਚ ਦੇਵੇ ਤਾਰ ਪਾਤਸ਼ਾਹ ਚੰਡੇ, ਚੂਲ ਦੇ ਨਗਾਰੇ ਉਰੇ ਵੱਜਦੇ ਨੀਲੇ ਰਸ ਲਾਹਰ ਪਾਤਸ਼ਾਹ। ਵੇਖ ਨੱਚਦਾ ਇਹਨਾਂ ਦਾ ਨੀਲਾ, ਪਰੀਆਂ ਨੂੰ ਸੁਰਤ ਪੁੱਲੇ ਸਾਰੇ
ਜਗ ਤੋਂ ਨਹਾਰ ਇਹਦੇ ਵੱਖਰੇ ਸਤਨਾਮ ਜਪਦਾ ਫਿਰੇ ਸੱਚ ਨੂੰ ਲਿਆ ਹੋਣਾ ਮੂਹਰੇ ਆਖਦਾ ਮੰਗਾ ਹਰ ਪਾਤਸ਼ਾਹ ਚੰਡੇ ਚੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਦਾ ਸਵਾ ਹਰ ਪਾਤਸ਼ਾਹ ਸਾਰਾ ਜਗਤ ਖੁਸ਼ੀ ਦੇ ਵਿੱਚ ਆ ਕੇ ਰੱਜੀਏ ਦੀਦਾਰ ਕਰਕੇ ਚਰਨ ਚਸੇ ਪਈ ਲਛਮੀ ਅਰਸ਼ਾਂ ਤੋਂ ਆਨਾ ਮੋਹਣੀਆਂ ਹੋਏ ਨੇ ਕਿਸੇ ਦਾ ਕਾਲਾ ਕਰ ਦੇ ਵਿਠਾ ਹਰ ਪਾਤਸ਼ਾਹ ਚੰਡੇ ਚੂਲਦੇ ਨਗਾਰੇ ਉਰੇ ਵੱਜਦੇ ਨੀਲੇ ਦਾ ਸਵਾ ਹਰ ਪਾਤਸ਼ਾਹ ਜੀ ਬਣ ਕੇ ਤਰੇ ਨਗ ਦੇਂਦਾ ਟਰੇ ਨਗ ਦੇਂਦਾ ਜੰਗ ਦੇ ਤਰੀਕੇ ਦੱਸਦਾ ਬਲੀ ਸੂਰ ਮਾਰਨਾ ਦਾ ਜਾਣੂ ਘਰ ਤਲਵਾਰ ਰੱਖਦਾ ਜੋਗਿਆ ਕੋਈ ਨੀ ਕਰ ਸਕਦਾ ਹੋਵੇ ਚਾਹੇ ਹਜ਼ਾਰ ਪਾਤਸ਼ਾਹ ਚੰਡੇ ਚੂਲ ਦੇ ਨਗਾਰੇ ਆਉਂਦੇ ਅੱਜ ਦੇ ਨੀਲੇ ਦਾ ਸਵਾਰ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਕੌਮ ਨੂੰ ਨਿਸ਼ਾਨ ਲਗਾ ਕੇ ਦਿੱਤੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਦੂਰ ਸੋਚਣੀ ਨੇ ਕੌਮ ਦਾ ਇੱਕ ਨਗਾਰਾ ਪੇਸ਼ ਕੀਤਾ। ਯਾਦ ਰਹੇ ਉਸ ਵੇਲੇ ਨਗਾਰਾ ਕੇਵਲ ਰਾਜੇ ਵਜਾ ਸਕਿਆ ਕਰਦੇ ਸਨ, ਹੋਰ ਕੋਈ ਦੁਨੀਆਂ ਦੀ ਸਭਤਾ, ਕੋਈ ਦੁਨੀਆਂ ਦੀ ਪਾਰਟੀ, ਹੋਰ ਕੋਈ ਰਾਜਿਆਂ ਦੀ ਮਰਜ਼ੀ ਤੋਂ ਬਿਨਾਂ ਨਗਾਰਾ ਨਹੀਂ ਸੀ ਵਜਾ ਸਕਦੀ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਜਦੋਂ ਸ਼ਿਕਾਰ ਚੜ੍ਹਨਾ ਉਦੋਂ ਵੀ ਨਗਾਰਾ ਖੜਕਾਉਣਾ, ਜਦੋਂ ਵਾਪਸ ਆਉਣਾ ਉਦੋਂ ਵੀ ਨਗਾਰਾ ਖੜਕਾਉਣਾ, ਜਦੋਂ ਲੰਗਰ ਵਰਤਣਾ ਉਦੋਂ ਵੀ ਨਗਾਰਾ ਵੱਜਣਾ, ਜਦੋਂ ਘੋੜਾਂ ਦੀ ਸਮਾਪਤੀ ਹੋਣੀ ਉਦੋਂ ਵੀ ਨਗਾਰਾ ਵੱਜਣਾ, ਜਦੋਂ ਰਹਿਰਾਸ ਦੀ ਸਮਾਪਤੀ ਹੋਣੀ ਉਦੋਂ ਵੀ ਨਗਾਰਾ ਵੱਜਣਾ। ਰਾਜੇ ਬਾਈ ਧਾਰਿਆਂ ਦੇ ਕੰਨ ਜਿਹੜੇ ਸਨ ਇਹ ਸੁਣ ਸੁਣ ਕੇ ਇਹ ਕਹਿ ਉੱਠੇ, ਕੌਣ ਹੈ ਜਿਹੜਾ ਸਾਡੀ ਜੂਹ ਵਿੱਚ ਨਗਾਰੇ ਵਜਾਉਣ ਲੱਗ ਗਿਆ। ਇੱਕ ਦਿਨ ਬਾਈ ਧਾਰ ਦੇ ਰਾਜਿਆਂ ਨੇ ਇੱਕ ਨੁਮਾਇੰਦਾ ਭੇਜਿਆ, ਸਾਨੂੰ ਦੱਸੋ ਤੁਹਾਡਾ ਪ੍ਰੋਗਰਾਮ ਕੀ ਹੈ, ਸਾਨੂੰ ਦੱਸੋ ਤੁਹਾਡਾ ਪਲਾਨ ਕੀ ਹੈ। ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇੱਕ ਚਿੱਠੀ ਲਿਖੀ, ਇੱਕ ਲੈਟਰ ਲਿਖੀ। ਉਸ ਵਿੱਚ ਲਿਖਿਆ, ਉਹ ਬਾਈ ਧਾਰ ਦੇ ਰਾਜਿਓ, ਆਓ ਰਲ ਕੇ ਸਲਾਹ ਕਰੀਏ ਇਸ ਦੇਸ਼ ਵਿੱਚ ਕਿਵੇਂ ਜਿਉਣਾ ਹੈ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਲਿਖਿਆ, ਉਹ ਰਾਜਿਓ ਆਓ ਇਹ ਸੋਚੀਏ ਕਿ ਦੇਸ਼ ਵਿੱਚ ਜਿਉਣ ਲਈ ਕਿਹੜੀ ਵਿਉਂਤਬੰਦੀ ਕਰਨੀ ਪਵੇਗੀ। ਕਲਗੀ ਵਾਲੇ ਪਾਤਸ਼ਾਹ ਨੇ ਕਿਹਾ, ਇਹ ਨਗਾਰਾ ਇਸੇ ਲਈ ਮੜਿਆ ਹੈ ਕਿ ਸਾਡੀ ਉਸ ਤਰ੍ਹਾਂ ਛੋਟੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਨਹੀਂ, ਆਓ ਰਲ ਕੇ ਸੋਚੀਏ ਕਿਵੇਂ ਕਲਿਆਣ ਵੱਲ ਤੁਰ ਸਕਦੇ ਹਾਂ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਆਪਣੀ ਚਿੱਠੀ ਵਿੱਚ ਜਿਹੜਾ ਸੁਨੇਹਾ ਦਿੱਤਾ ਉਹਨਾਂ ਅੱਖਰਾਂ ਦਾ ਵੇਰਵਾ ਮੇਰੇ ਸਾਥੀ ਇਉਂ ਕਰ ਰਹੇ ਨੇ ਜੀ, ਸੁਣੀਏ। ਬਾਈ ਤਾਰੀਓ ਇੱਕ ਥਾਂ ਆਓ ਜੁੜੀਏ, ਬਾਈ ਤਾਰੀਓ ਇੱਕ ਥਾਂ ਆਓ ਜੁੜੀਏ, ਵਿੱਚ ਪਰੇ ਦੇ ਟੋਕੀਏ ਪੋਲਿਆਂ ਨੂੰ, ਫਿਰੀਏ ਭੁੱਲੀਏ ਨਾ ਮੰਜ਼ਲ ਵੱਲ ਮੁੜੀਏ, ਫੜ ਕੇ ਚੁਟਕੁਟੀਏ ਝੂਠ ਨਾ ਟੋਲਿਆਂ ਨੂੰ। ਐਵੇਂ ਝੂਠੀਆਂ ਕਲਗੀਆਂ ਲਾਈ ਫਿਰਦੇ, ਐਵੇਂ ਸੱਚ ਦੇ ਨਹੀਂ ਵਿਚਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ। ਬਾਈ ਧਾਰੀਓ ਇੱਕ ਥਾਂ ਆਓ ਜੁੜੀਏ, ਵਿੱਚ ਪਰੇ ਦੇ ਟੋਕੀਏ ਪੋਲਿਆਂ ਨੂੰ, ਫਿਰੀਏ ਭੁੱਲੀਏ ਨਾ ਮੰਜ਼ਲ ਵੱਲ ਮੁੜੀਏ, ਫੜ ਕੇ ਕੁੱਟੀਏ ਝੂਠ ਨਾ ਟੋਲਿਆਂ ਨੂੰ। ਐਵੇਂ ਝੂਠੀਆਂ ਕਲਗੀਆਂ ਲਾਈ ਫਿਰਦੇ, ਐ ਪਰ ਸੱਚ ਦੇ ਨਹੀਂ ਵਿਚਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ। ਆਓ ਝੂਠਿਓ ਭੁੱਖਿਓ ਚੌਧਰਾਂ ਦੋ, ਆਓ ਝੂਠਿਓ ਭੁੱਖਿਓ ਚੌਧਰਾਂ ਦੋ, ਤਾਰਾਂ ਕਾਦੀਆਂ ਪਰੇ ਵਿੱਚ ਮਾਰਦੇ ਹੋ, ਗੋਡੇ ਟੇਕੇ ਦੇ ਦਿੱਲੀ ਸਰਕਾਰ ਮੂਰੇ, ਬੰਦੇ ਖਾਣਿਓ ਕੈਰ ਗੁਜ਼ਾਰਦੇ ਹੋ। ਆਓ ਇੱਕ ਵੇਰਾ ਰਣ ਨੂੰ ਜਿੱਤ ਲਈਏ, ਮੁੜ ਕੇ ਕਦੇ ਨਾ ਹੋਵੇਗੀ ਹਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ। ਓਏ ਫਕੀਰਾਂ ਤੇ ਔਖੇ ਦੇ ਗੱਦੀਆਂ ਲਈ, ਰੱਖੋ ਯਾਰੇ ਗੱਦੀਆਂ ਰਹਿਣੀਆਂ ਨਹੀਂ, ਤੁਸੀਂ ਕਲਗੀਆਂ ਤੇ ਟਾਰਾਂ ਮਾਰਦੇ ਹੋ, ਏਦਾਂ ਸੀਸ ਤੇ ਸਜਦੀਆਂ ਰਹਿਣੀਆਂ ਨਹੀਂ, ਤੁਸੀਂ ਵਿੱਚ ਪਹਾੜਾਂ ਦੇ ਨੱਚਦੇ ਹੋ, ਐ ਪਰ ਦਿੱਲੀਓਂ ਹਿੱਲਦੀ ਤਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ। ਪੈਰੀ ਸਾਰਾਂ ਦੇ ਬੇੜੀਆਂ ਪੈ ਰਹੀਆਂ, ਪੈਰੀ ਸਾਰਾਂ ਦੇ ਬੇੜੀਆਂ
ਜੁੱਤੀਆਂ ਪੈ ਰਹੀਆਂ ਦਿਲ ਦੇ ਚੋਰ ਕਾਨੂੰਨਾਂ ਨੂੰ ਛਾਣਦੇ ਹੋ ਤੁਹਾਨੂੰ ਦੇਖ ਸਲਾਹਾਂ ਨੇ ਕਹਿ ਰਹੀਆਂ ਕਾਨੂੰ ਪਾਪ ਦੀਆਂ ਸੇਜਾਂ ਮਾਣਦੇ ਹੋ ਐਵੇਂ ਕੂੜ ਦੇ ਦਲ ਬਣਾਈ ਫਿਰਦੇ ਐਵੇਂ ਕੂੜ ਦੇ ਦਲ ਬਣਾਈ ਫਿਰਦੇ ਕਹਿਣੀ ਰਹੀ ਨੀ ਕਿਉਂ ਕਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ ਆਓ ਲੱਭੀਏ ਕਿਸਮਤਾਂ ਢੇਰ ਲੱਗੇ ਅਸਲ ਮੰਜ਼ਿਲ ਤਾਂ ਲੱਭਿਆ ਲੱਭਣੀਆਂ ਪੂਰਾ ਹੋਏਗੀ ਉਹਨਾਂ ਦੀ ਹਰ ਥਾਂ ਤੇ ਗੱਲ ਯਾਰ ਦੀ ਜਿਨ੍ਹਾਂ ਨੇ ਦੱਬਣੀਆਂ ਝੂਠਿਓ ਚੂਰੀਆਂ ਖਾਈ ਜਾਂਦੇ ਲੋਕਾਂ ਰਾਂਝਿਓ ਪਰਖਣੀ ਵਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪੁਰ ਬੋਲਦੀ ਨਹੀਂ ਸਰਕਾਰ ਤੁਹਾਡੀ ਜਿਸ ਲਈ ਸੀਸ ਦਿੱਤਾ ਨਾਵੇਂ ਪਾਤਸ਼ਾਹ ਨੇ ਜਿਸ ਲਈ ਸੀਸ ਦਿੱਤਾ ਨਾਵੇਂ ਪਾਤਸ਼ਾਹ ਨੇ ਉਸ ਦੇਸ਼ ਨੂੰ ਆਓ ਸਜਾ ਲਈਏ ਫਿਰ ਜਿਹੜੀ ਆਜ਼ਾਦੀ ਦੀ ਫੀਸ ਦਿੱਤਾ ਉਹਨੂੰ ਖੁਸ਼ੀ ਦੇ ਨਾਲ ਰਜਾ ਲਈਏ ਸੱਚਾ ਢਿਡੋਰਾ ਨਾ ਸੁਣੇ ਤੁਹਾਨੂੰ ਜਾਪੇ ਸੱਚਾ ਢਿਡੋਰਾ ਨਾ ਸੁਣੇ ਤੁਹਾਨੂੰ ਅੱਖਾਂ ਮੀਟ ਦੀ ਬਗਲਿਓ ਡਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ ਦੇਸ਼ ਨੂੰ ਦੇਸ਼ ਨਾ ਰੱਖਿਆਂ ਦੀ ਤੇ ਕਮਜ਼ੋਰਾਂ ਦੀ ਦੇਸ਼ ਨੂੰ ਲੋੜ ਕੋਈ ਨਹੀਂ ਜਿਹੜੇ ਚੌਧਰਾਂ ਲਈ ਜੇਲਾਂ ਕੱਟਦੇ ਨੇ ਉਹਨਾਂ ਚੋਰਾਂ ਦੀ ਦੇਸ਼ ਨੂੰ ਲੋੜ ਕੋਈ ਨਹੀਂ ਜਿਵੇਂ ਬਾਦਸ਼ਾਹ ਆਖ ਗਏ ਡਰੀ ਦਾ ਨਹੀਂ ਉੱਠੋ ਦੇਸ਼ ਉਡੀਕੇ ਵੰਗਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ ਕਦਮ ਚੁੱਕੀਏ ਦੇਸ਼ ਦੇ ਭਲੇ ਵਾਲੇ ਸਾਰੇ ਦਿਲਾਂ ਚੋਂ ਕੂੜ ਮੁਕਾਇਆ ਪਛੋਤਾਓਗੇ ਦਿੱਲੀ ਤੋਂ ਡਰੋਗੇ ਦੇ ਮਾਰਨ ਮਰਨ ਦੀ ਪੱਕ ਪਕਾਇਆ ਗੱਲਾਂ ਝੂਠ ਨੀ ਕਹਿਣੀਆਂ ਜੋਗੀਆਂ ਨੇ ਗਾਉਣੀ ਗੁਰਮੁਖ ਸਰਦਾਰੇ ਨੇ ਵਾਰ ਤੁਹਾਡੀ ਅਸੀਂ ਬੜੇ ਸਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਸੁਨੇਹਾ ਸੁਣ ਕੇ ਇਹ ਚਿੱਠੀ ਪੜ੍ਹ ਕੇ ਬਾਈ ਤਾਰ ਦੇ ਰਾਜਿਆਂ ਨੇ ਇੱਕ ਫੈਸਲਾ ਕੀਤਾ, ਇੱਕ ਮੀਟਿੰਗ ਬੁਲਾਈ, ਇੱਕ ਪਾਸ ਕੀਤਾ ਰੈਜੂਲੇਸ਼ਨ ਕਿ ਜੇ ਕਲਗੀਆਂ ਵਾਲਾ ਪਾਤਸ਼ਾਹ ਛੋਟੀਆਂ ਜਾਤਾਂ ਨੂੰ ਬਰਾਬਰ ਦਾ ਹੱਕ ਦੇਣਾ ਮੰਨੇ ਵੀ ਨਹੀਂ ਦਿੰਦਾ ਫਿਰ ਕਲਗੀਆਂ ਵਾਲੇ ਨੂੰ ਗੁਰੂ ਮੰਨ ਲੈਣਾ ਚਾਹੀਦਾ, ਅਤੇ ਜੇ ਗੁਰੂ ਗੋਬਿੰਦ ਸਿੰਘ ਆਖੇ ਵੀ ਮੈਂ ਝੀਰਾਂ ਨੂੰ ਛਿੰਬਿਆਂ ਨੂੰ ਨਾਈਆਂ ਨੂੰ ਜੱਟਾਂ ਨੂੰ ਤਰਖਾਣਾਂ ਨੂੰ ਬਰਾਬਰ ਬਿਠਾਉਣਾ ਹੈ ਤੇ ਫਿਰ ਉਹਦੇ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ। ਇਹ ਫੈਸਲਾ ਕਰਕੇ ਬਾਈ ਧਾਰ ਦੇ ਰਾਜਿਆਂ ਨੇ ਆਪਣਾ ਇੱਕ ਨੁਮਾਇੰਦਾ ਉਹਦੇ ਨਾਲ ਛੋਟੇ ਨੁਮਾਇੰਦੇ ਕੁਝ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਾਲ ਗੱਲਬਾਤ ਕਰਨ ਵਾਸਤੇ ਅਨੰਦਪੁਰ ਸਾਹਿਬ ਭੇਜ ਦਿੱਤੇ। ਸੱਚੇ ਪਾਤਸ਼ਾਹ ਨੇ ਇਹਨਾਂ ਬਾਈ ਧਾਰ ਦੇ ਨੁਮਾਇੰਦਿਆਂ ਦਾ ਪੂਰਾ ਸਤਿਕਾਰ ਕੀਤਾ, ਇਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਆਓ ਬਾਈ, ਧੰਨਵਾਦ ਕਰਦਾ ਹਾਂ, ਜਿਉ ਆਇਆ, ਜੇ ਕੋਈ ਗੱਲਬਾਤ ਕਰਨ ਵਾਸਤੇ ਆਏ ਹੋ। ਬਾਈ ਧਾਰ ਦੇ ਰਾਜਿਆਂ ਨੇ ਜੋ ਨੁਮਾਇੰਦੇ ਭੇਜੇ ਸਨ ਉਹਨਾਂ ਨੇ ਕਲਗੀ ਵਾਲੇ ਪਾਤਸ਼ਾਹ ਨੂੰ ਆਖਿਆ, ਮਹਾਰਾਜ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ। ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਭਈ ਪਹਾੜੇ ਤੇ ਰਹਿਣ ਨਾਲੋਂ ਮਰ ਜਾਣਾ ਮੈਂ ਠੀਕ ਸਮਝਦਾ ਹਾਂ। ਇਹਨਾਂ ਆਖਿਆ, ਮਹਾਰਾਜ ਅਸੀਂ ਤੁਹਾਡੀ ਗੱਲ ਨਹੀਂ ਸਮਝੇ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ, ਤੁਹਾਡੇ ਰਾਜੇ ਵਕਤ ਦੇ ਰਾਜੇ ਲੋਕ ਵਿਖਾਵੇ ਲਈ ਰਾਜੇ ਠੀਕ ਨੇ, ਉਹਨਾਂ ਦੇ ਸਿਰ ਤੇ ਕਲਗੀਆਂ ਫੱਬਦੀਆਂ ਨੇ, ਚੰਗੀਆਂ ਲੱਗਦੀਆਂ ਨੇ, ਟੌਰ ਨਾਲ ਵੱਸਦੇ ਹੋ, ਪਰ ਮੈਨੂੰ ਜੱਚਦਾ ਹੈ ਕਿ ਇਹਨਾਂ ਦਾ ਜਿਉਣਾ ਆਜ਼ਾਦੀ ਦਾ ਜਿਉਣਾ ਨਹੀਂ। ਇਹਨਾਂ ਆਖਿਆ, ਮਹਾਰਾਜ ਸਾਨੂੰ ਖੋਲ੍ਹ ਕੇ ਦੱਸੋ, ਅਸੀਂ ਬੜੇ ਆਜ਼ਾਦੀ ਨਾਲ ਜਿਉਂਦੇ ਹਾਂ, ਅਸੀਂ ਬੜਾ ਚੰਗਾ ਖਾਂਦੇ ਹਾਂ, ਚੰਗਾ ਪਹਿਨਦੇ ਹਾਂ, ਚੰਗਾ ਜਿਉਣਾ ਕਿਹਨੂੰ ਕਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸ਼ਾਨੀ ਭਰਨ ਵਾਲਾ ਬੰਦਾ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦਾ, ਜੇ ਦਿੱਲੀ ਦਾ ਟੈਕਸ ਭਰ ਕੇ ਜਿਉਣਾ ਤੇ ਇਸ ਜਿਉਣੇ ਨਾਲੋਂ ਮਰ ਜਾਣਾ ਠੀਕ ਹੈ। ਮੈਂ ਸਮਝਦਾ ਅੱਧੇ ਗੁਲਾਮ ਨੇ ਰਾਜੇ ਬਾਈ ਧਾਰ ਦੇ, ਆਓ ਇਕੱਠੇ ਹੋ ਕੇ ਇੱਕ ਮੁਹਿੰਮ ਸ਼ੁਰੂ ਕਰੀਏ, ਇੱਕ ਲੜਾਈ ਸ਼ੁਰੂ ਕਰੀਏ ਜਿਹਦੇ ਨਾਲ ਆਜ਼ਾਦੀ ਨਾਲ ਵੱਧ ਸਕੀਏ, ਅਸੀਂ ਕਹਿ ਸਕੀਏ ਇਹ ਦੇਸ਼ ਸਾਡਾ, ਇਹ ਧਰਤੀ ਸਾਡੀ ਹੈ,
ਅਸੀਂ ਆਪਣੇ ਧਰਮ ਨੂੰ ਆਜ਼ਾਦ ਰੱਖ ਕੇ ਜੂਰੇ ਹਾਂ। ਬਾਈ ਧਾਰ ਦੇ ਰਾਜਿਆਂ ਆਖਿਆ ਮਹਾਰਾਜ, ਬਾਈ ਧਾਰ ਦੇ ਨੁਮਾਇੰਦਿਆਂ ਕਿਹਾ ਮਹਾਰਾਜ, ਤੁਹਾਡੀਆਂ ਗੱਲਾਂ ਸਾਰੀਆਂ ਸਾਨੂੰ ਜਚਦੀਆਂ ਨੇ, ਪਰ ਇੱਕ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ। ਮਹਾਰਾਜ ਨੇ ਆਖਿਆ ਦੱਸੋ। ਇਹਨਾਂ ਆਖਿਆ ਜੀ, ਅਸੀਂ ਜਿਹੜਾ ਹੁਕਮ ਲੈ ਕੇ ਆਏ ਹਾਂ, ਅਸੀਂ ਜਿਹੜਾ ਪ੍ਰੋਗਰਾਮ ਲੈ ਕੇ ਆਏ ਹਾਂ, ਅਸੀਂ ਜਿਹੜੀ ਸਲਾਹ ਪਾਸ ਕਰਕੇ ਆਏ ਹਾਂ, ਉਹ ਇਹ ਹੈ ਕਿ ਅਸੀਂ ਤੁਹਾਨੂੰ ਗੁਰੂ ਮੰਨ ਲੈਂਦੇ ਹਾਂ। ਇਹ ਬਾਈ ਧਾਰ ਦੇ ਰਾਜੇ ਕਹਿੰਦੇ ਨੇ। ਮਹਾਰਾਜ ਕਹਿੰਦੇ ਕਿਸ ਸ਼ਰਤੇ ਮੰਨਦੇ ਹੋ? ਕਹਿੰਦੇ ਤੁਸੀਂ ਸੋਢੀ ਹੋ ਨਾ, ਤੁਸੀਂ ਉੱਚੀ ਕੁਲਦੇ ਹੋ ਨਾ, ਤੁਸੀਂ ਖੱਤਰੀ ਘਰਾਣੇ ਵਿੱਚੋਂ ਜੇ ਨਾ, ਇਸ ਵਾਸਤੇ ਤੁਹਾਨੂੰ ਅਸੀਂ ਗੁਰੂ ਮੰਨ ਲੈਂਦੇ ਹਾਂ। ਪਰ ਮਹਾਰਾਜ, ਅਸੀਂ ਇੱਕ ਬੇਨਤੀ ਕਰਦੇ ਹਾਂ, ਅਸੀਂ ਤੁਹਾਨੂੰ ਮੰਨਦੇ ਹਾਂ ਗੁਰੂ, ਤੁਸੀਂ ਸਾਨੂੰ ਆਪਣੇ ਸਮਝੋ ਸੇਵਕ, ਪਰ ਸਾਡੀ ਇੱਕੋ ਹੀ ਸ਼ਰਤ ਹੈ ਕਿ ਜਦੋਂ ਲੰਗਰ ਤਿਆਰ ਹੋ ਜਾਵੇ, ਜਦੋਂ ਉਹ ਲੰਗਰ ਵਰਤਣਾ ਹੋਵੇ, ਜਦੋਂ ਪੰਗਤਾਂ ਲੱਗਣੀਆਂ ਹੋਣ, ਤੇ ਉਹ ਪੰਗਤ ਪਹਿਲਾਂ ਸਾਡੀ ਲੱਗੇ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਅਸੀਂ ਉੱਚੀ ਕੁਲਦੇ ਹਾਂ, ਅਸੀਂ ਛੱਤਰੀ ਰਾਜਪੂਤ ਰਾਜੇ ਹਾਂ, ਇਸ ਵਾਸਤੇ ਪਹਿਲੀ ਪੰਗਤ ਲੱਗ ਜਾਏ ਸਾਡੀ, ਤੇ ਜਿਹੜੀ ਹੈ ਨਾ ਗਰੀਬਾਂ ਦੀ ਪੰਗਤ, ਜਿਹੜੀ ਹੈ ਨਾ ਮਜ਼ਦੂਰਾਂ ਦੀ ਪੰਗਤ, ਜਿਹੜੀ ਹੈ ਨਾ ਛੋਟੀਆਂ ਜਾਤਾਂ ਦੀ ਪੰਗਤ, ਉਹ ਸਾਡੇ ਬਾਅਦ ਵਿੱਚ ਲੱਗੇ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਕਿਹਾ, ਅਸੀਂ ਤੇ ਉਹਨਾਂ ਨੂੰ ਉੱਚੇ ਚੁੱਕਣਾ ਹੈ ਜਿਹਨਾਂ ਨੂੰ ਤੁਸੀਂ ਨੀਵੇਂ ਸਮਝਦੇ ਹੋ, ਜਾਓ, ਸਾਨੂੰ ਤੁਹਾਡੀ ਲੋੜ ਨਹੀਂ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਬਾਈ ਧਾਰ ਦੇ ਨੁਮਾਇੰਦੇ ਸੱਚੇ ਪਾਤਸ਼ਾਹ ਨੇ ਨਿਰੁੱਤਰ ਕਰਕੇ, ਨਾਰਾਜ਼ ਕਰਕੇ ਮੋੜ ਦਿੱਤੇ। ਆ ਗਏ ਬਾਈ ਧਾਰ ਦੇ ਰਾਜਿਆਂ ਦੇ ਨੁਮਾਇੰਦੇ ਵਾਪਸ, ਨਿੱਤ ਨਵੀਂ ਕੋਈ ਨਾ ਕੋਈ ਸਕੀਮ ਸੱਚੇ ਪਾਤਸ਼ਾਹ ਲੋਕਾਂ ਦੇ ਪੇਸ਼ ਕਰ ਰਹੇ ਸਨ, ਨਿੱਤ ਨਗਾਰੇ ਖੜਕਦੇ ਸਨ, ਨਿੱਤ ਘੋੜ ਦੌੜਾਂ ਹੁੰਦੀਆਂ ਸਨ। ਸੱਚੇ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਨੇ ਜਿਹੜਾ ਜੰਕਾਰਾ ਤਿਆਰ ਕੀਤਾ, ਉਹ ਵੀ ਇੱਕ ਸੁਣਨ ਤੇ ਵੇਖਣ ਯੋਗ ਹੈ। ਆਓ ਜਰਾ ਹੁਕਮ ਟੈਕਸਲਾ ਟੀਵੀ ਵਾਲਿਆਂ ਦਾ ਹੈ ਵੀ ਇਹ ਖਾਲਸੇ ਦਾ ਜੰਕਾਰਾ ਹਰ ਕੈਸਟ ਵਿੱਚ ਰਿਕਾਰਡ ਚਾਹੀਦਾ, ਤਾਂ ਕਿ ਇਸਦਾ ਪ੍ਰਚਾਰ ਦੇਸਾਂ ਪ੍ਰਦੇਸਾਂ ਵਿੱਚ ਹੋ ਸਕੇ। ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਫੌਜਾਂ ਜੰਕਾਰਾ ਛੱਡਦੀਆਂ ਸਨ, ਜਰਾ ਉਹਦਾ ਹੀ ਮੁਤਾਲਿਆ ਕਰੀਏ, ਕੌਮ ਨੂੰ ਕਿਵੇਂ ਨਵਾਂ ਜੀਵਨ ਦਿੰਦਾ ਹੈ, ਔਰ ਸੱਚੇ ਪਾਤਸ਼ਾਹ ਦਾ ਫੌਜੀ ਕਿਵੇਂ ਕਲਗੀਆਂ ਵਾਲੇ ਨੂੰ ਪੇਸ਼ ਕਰਦਾ। ਬਾਈ ਸੁਣੀਏ, ਖੁਸ਼ੀਆਂ ਵਾਲੇ ਜਕਾਰੇ ਜਗਾਵੇ ਨਾਲ ਹੋ ਜਾਵੇ ਸਭ ਸ੍ਰੀ ਅਕਾਲ, ਚਿੱਟਾ ਬਾਜਾ ਵਾਲਿਓ ਸਤਿਗੁਰੋ ਰੱਖਿਓ ਬਿਰਧ ਬਣੇ ਦੀ ਲਾਜ, ਜਿੱਤੋ ਗਵਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੇ ਕੋਈ ਦੂਰ ਅੰਦੇਜ਼ ਬੰਦਾ ਹੋਵੇ, ਜਿਹੜਾ ਨਿਰਪੱਖ ਆਦਮੀ ਹੋਵੇ, ਇਹ ਜੰਕਾਰੇ ਤੋਂ ਹੀ ਹਿਸਾਬ ਲਾ ਸਕਦਾ ਕਿ ਖਾਲਸਾ ਫੌਜ ਕਿਸੇ ਦੇ ਖਿਲਾਫ ਨਹੀਂ, ਖਾਲਸਾ ਤੇ ਆਪਣੇ ਹੱਕਾਂ ਲਈ ਲੜਦਾ ਹੈ। ਆਪਣੇ ਹੱਕਾਂ ਲਈ ਲੜਨ ਵਾਸਤੇ ਫੌਜ ਪੈਦਾ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ, ਪਰ ਇਹ ਗੱਲ ਬਾਈ ਧਾਰ ਦੇ ਰਾਜਿਆਂ ਨੂੰ ਮਨਜ਼ੂਰ ਨਾ ਚੜੀ। ਉਹਨਾਂ ਨੇ ਇੱਕ ਸੱਦੀ ਮੀਟਿੰਗ, ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਰਾਜੇ ਕੇਸਰੀ ਚੰਦ ਨੇ ਪਾਸ ਕਰ ਦਿੱਤਾ ਵੀ ਜਿੰਨਾ ਚਿਰ ਆਨੰਦਪੁਰ ਨੂੰ ਟਹਿ ਢੇਰੀ ਨਹੀਂ ਕੀਤਾ ਜਾਂਦਾ, ਅਸੀਂ ਸਾਹ ਨਹੀਂ ਲਵਾਂਗੇ। ਜਿਵੇਂ ਆਪਣੀ ਉਸ ਮਹਿਫਲ ਵਿੱਚ ਫੈਸਲੇ ਪਾਸ ਕੀਤੇ, ਉਹਨਾਂ ਦਾ ਵੇਰਵਾ ਮੇਰੇ ਸਾਥੀ ਐਵੇਂ ਪੇਸ਼ ਕਰ ਰਹੇ। ਨਾਵੇਂ ਗੁਰਾਂ ਦਾ ਪੁੱਤ ਅਖਵਾਉਣ ਵਾਲਾ ਸਾਡੀ ਜੂਹ ਵਿੱਚ ਛੋਣੀਆਂ ਪਾਈ ਜਾਂਦਾ, ਸਾਥੋਂ ਉਸ ਦੇ ਕੰਮ ਨਹੀਂ ਜਰੇ ਜਾਂਦੇ, ਉਹ ਤਾਂ ਜਾਨਵਰ ਮਾਰ ਕੇ ਖਾਈ ਜਾਂਦਾ। ਜੰਗ ਦੀਆਂ ਨਿੱਤ ਨਵੇਂ ਸੂਰਜ ਨਾਰੇ ਮਾਰਦਾ, ਉਹਦੀਆਂ ਮਰਨੋ ਨੀ ਸੰਗ ਦੀਆਂ, ਹੁਣ ਤੇ ਜਾਵਦਾ ਸਾਨੂੰ ਵੰਗਾਰਦਾ। ਨਾਵੇਂ ਗੁਰਾਂ ਦਾ ਪੁੱਤ ਅਖਵਾਉਣ ਵਾਲਾ ਸਾਡੀ ਜੂਹ ਵਿੱਚ ਛੋਣੀਆਂ ਪਾਈ ਜਾਂਦਾ, ਸਾਥੋਂ ਉਸ ਦੇ ਕੰਮ ਨਹੀਂ ਜਰੇ ਜਾਂਦੇ, ਉਹ ਤਾਂ ਜਾਨਵਰ ਮਾਰ ਕੇ ਖਾਈ ਜਾਂਦਾ। ਜੰਗ ਦੀਆਂ ਨਿੱਤ ਨਵੇਂ ਸੂਰਜ ਨਾਰੇ ਮਾਰਦਾ, ਫੌਜਾਂ ਮਰਨੋ ਨੀ ਸੰਗ ਦੀਆਂ, ਹੁਣ ਤੇ ਜਾਵਦਾ ਸਾਨੂੰ ਵੰਗਾਰਦਾ। ਚੜਦੇ ਜਦੋਂ ਨੇ ਸਿੰਘ ਸ਼ਿਕਾਰ ਉਹਦੇ, ਚੜਦੇ ਜਦੋਂ ਨੇ ਸਿੰਘ ਸ਼ਿਕਾਰ ਉਹਦੇ, ਨਾਰਾ ਮਾਰਦੇ ਤੰਸਾ ਖੜਕਾਉਣ ਵੇਲੇ, ਸਾਨੂੰ ਪੂਰਦੇ ਨੇ ਪਹਿਰੇਦਾਰ ਉਸਦੇ, ਉੱਚੀ ਬੋਲਦੇ ਕਿਲੇ ਵਿੱਚ ਆਉਣ ਵੇਲੇ, ਜਗ ਪੂਜਦਾ ਜਨਾਂ ਦੇ ਕਾਰਨਾਮੇ, ਜਿਹਨੂੰ ਸੀਸ ਨਚਾ
ਨਾਨਕ ਗੁਰੂ ਦੀ ਜਗ੍ਹਾ ਅਵਤਾਰ ਦਸਾਂ ਜਿਹਨੂੰ ਵੇਨਿਆ ਹੀ ਜਾਵਰ ਮੁੱਕ ਜਾਂਦਾ ਕੇਸਰੀ ਚੰਦ ਨੇ ਲੋ ਲਾਖਾ ਉੱਚੀ ਕਰਕ ਕੇ ਆਖਿਆ ਸਾਰਿਆਂ ਨੂੰ ਜਿਸਮ ਇੱਕ ਤੋਂ ਹੋਣਗੇ ਕਈ ਟੋਟੇ ਮੌਤ ਵਰੇਗੀ ਨਾ ਤੇ ਪਾਰਿਆਂ ਨੂੰ ਅਸਾਂ ਇੱਥੋਂ ਇਹਨੂੰ ਕੱਢ ਦੇਣਾ ਇਹਨੂੰ ਅੱਗੇ ਵਧੀਕੀਆਂ ਜਰਨੀਆਂ ਨਹੀਂ ਝੰਡਾ ਅਸਾਂ ਅਸਲੀਅਤ ਦਾ ਗੱਡ ਦੇਣਾ ਚੁੱਪ ਕੀਤੀਆਂ ਗੱਲਾਂ ਹੁਣ ਸਰਨੀਆਂ ਨਹੀਂ ਹਿੰਦ ਸਾਰੀ ਲਾ ਕੇ ਤਾਣ ਰੱਖੀ ਇਹਨਾਂ ਉਹ ਤੇ ਰਹਿਤ ਨਹੀਂ ਰਾਈ ਕਰਨੀ ਜੀਰੇ ਪਿਓ ਨੇ ਇਹਨਾਂ ਦੀ ਸ਼ਾਨ ਰੱਖੀ ਇਹਨਾਂ ਉਸਦੇ ਨਾਲ ਲੜਾਈ ਕਰਨੀ ਰਾਜਾ ਕੇਸਰੀ ਚੰਦ ਨੇ ਫੈਸਲਾ ਕਰ ਦਿੱਤਾ ਕਿ ਕਲਗੀਆਂ ਵਾਲੇ ਨਾਲ ਅਸੀਂ ਸੁਲਾਹ ਨਹੀਂ ਕਰਨੀ ਸਗੋਂ ਇੱਥੋਂ ਤੱਕ ਫੈਸਲਾ ਕਰ ਲਿਆ ਕਿ ਬਾਦਸ਼ਾਹ ਔਰੰਗਜ਼ੇਬ ਦੀ ਮਦਦ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਫਾਇਆ ਨਾ ਕੀਤਾ ਗਿਆ ਤੇ ਸਾਡੇ ਰਾਜਾਂ ਨੂੰ ਵੀ ਖਤਰਾ ਪੈਦਾ ਹੋ ਸਕੇਗਾ। ਬਾਈ ਧਾਰ ਦੇ ਰਾਜਿਆਂ ਨੇ ਬਹੁਤ ਵੱਡੇ ਇਕੱਠ ਕਰਨ ਵਾਸਤੇ ਸਾਰੇ ਰਾਜਿਆਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ। ਸਾਰੇ ਰਾਜਿਆਂ ਦੀ ਤਾਕਤ ਇਹਨਾਂ ਅਨੰਦਪੁਰ ਸਾਹਿਬ ਦੇ ਦੁਆਲੇ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਇਹ ਫੈਸਲਾ ਕਰ ਦਿੱਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੂਰ ਦਰਾਦਿਓ ਕਿਤਿਓਂ ਵੀ ਰਾਸ਼ਨ ਨਾ ਆਉਣ ਦਿੱਤਾ ਜਾਏ। ਆਉਣ ਜਾਣ ਵਾਲੇ ਸਾਰੇ ਰਸਤੇ ਜਿੱਥੋਂ ਦੀ ਮਹਾਰਾਜ ਦੇ ਸ਼ਰਧਾਲੂ ਰਸਤਾ ਲਿਆਉਂਦੇ ਸਨ, ਜਿੱਥੋਂ ਦੀ ਮਹਾਰਾਜ ਦੇ ਸ਼ਰਧਾਲੂ ਆਪਣੀ ਚੀਜ਼ ਵਸਤ ਲੈ ਕੇ ਹਾਜ਼ਰ ਹੁੰਦੇ ਸਨ, ਜਿਹੜੇ ਰਸਤਿਆਂ ਥਾਣੀ ਮਹਾਰਾਜ ਵਾਸਤੇ ਦਸਵੰਧ ਭੇਟਾ ਹੁੰਦਾ ਸੀ, ਸਾਰੇ ਰਸਤੇ ਸੀਲ ਕਰ ਦਿੱਤੇ ਗਏ। ਇੱਕ ਦੋ ਤਿੰਨ ਚਾਰ ਦਿਨ ਨਹੀਂ, ਇਤਿਹਾਸ ਕਹਿੰਦਾ ਇਹ ਲੜਾਈ ਮਹੀਨਿਆਂ ਬੱਧੀ ਲੰਮੀ ਹੋ ਗਈ। ਕਲਗੀਆਂ ਵਾਲੇ ਪਾਤਸ਼ਾਹ ਦੇ ਸੂਰਮੇ ਰਾਤ ਨਿਕਲਦੇ ਸਨ ਬਾਹਰ ਇਸ ਕਿਲ੍ਹੇ ਵਿੱਚੋਂ ਲੁੱਟ ਮਾਰ ਕਰਕੇ, ਰਾਜਿਆਂ ਦਾ ਮੁਕਾਬਲਾ ਕਰਕੇ, ਕਈ ਮਰ ਮਰਾ ਕੇ ਫਿਰ ਵਾਪਸ ਚਲੇ ਜਾਂਦੇ ਸਨ। ਲੜਾਈ ਲੰਬੀ ਹੁੰਦੀ ਗਈ। ਬਹੁਤ ਸਾਰੇ ਸਮੇਂ ਤੋਂ ਬਾਅਦ ਇਤਿਹਾਸ ਕਹਿੰਦਾ ਹੈ ਇਹ ਲੜਾਈ 7-8 ਮਹੀਨੇ ਲੰਬੀ ਹੋ ਗਈ। ਇੱਥੋਂ ਤੱਕ ਨੌਬਤ ਪਹੁੰਚ ਗਈ ਕਿ ਸਿੱਖ ਭੁੱਖ ਤੋਂ ਤੰਗ ਆ ਗਏ। ਨਾ ਅੰਦਰ ਪਾਣੀ ਲੱਭਦਾ ਸੀ, ਨਾ ਅੰਦਰ ਰਾਸ਼ਨ ਲੱਭਦਾ ਸੀ। ਸਿੰਘ ਇੰਨੇ ਭੁੱਖ ਤੋਂ ਤੰਗ ਆ ਗਏ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਕਈ ਸੂਰਮੇ ਸਲਾਹ ਦੇਣ ਲੱਗ ਪਏ, ਮਹਾਰਾਜ ਆਪਾਂ ਰਾਜਿਆਂ ਨਾਲ ਲੜ ਕੇ ਕੀ ਲੈਣਾ ਹੈ? ਅਨੰਦਪੁਰ ਸਾਹਿਬ ਵਿੱਚ ਰਹਿ ਕੇ ਬਹੁਤਾ ਚੀਜ਼ ਕੀ ਲੈਣਾ? ਜੇ ਰਾਜੇ ਕਹਿੰਦੇ ਖਾਲੀ ਕਰ ਦਈਏ ਤੇ ਇਸ ਨੂੰ ਖਾਲੀ ਕਰ ਦੇਣਾ ਚਾਹੀਦਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਮਰਦ ਉਹ ਹੈ ਜਿਹੜਾ ਰਹਿੰਦੇ ਦਮ ਤੱਕ ਸਾਰੀ ਜ਼ਿੰਦਗੀ ਧਰਮ ਦੇ ਪਿੱਛੇ ਲਾ ਜਾਏ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਿਰ ਨਾਲ ਨਿਭਾਉਣ ਲਈ ਤਿਆਰ ਸਨ। ਇੱਧਰ ਬਾਈ ਧਾਰ ਦੇ ਰਾਜਾ ਸੋਚਿਆ ਕਿ ਇਸ ਤਰ੍ਹਾਂ ਕਲਗੀਆਂ ਵਾਲੇ ਨੇ ਜਿੱਤਿਆ ਨਹੀਂ ਜਾਣਾ। ਸਕੀਮ ਇਹ ਬਣੀ ਤੇ ਇੱਕ ਖੂਨੀ ਹਾਥੀ ਮੰਗਾਇਆ ਜਾਏ, ਉਹਦੀ ਸੁਣ ਨਾਲ ਤਿੱਖੀਆਂ ਤਲਵਾਰਾਂ ਬੰਨ ਦਿੱਤੀਆਂ ਜਾਣ, ਉਹਨੂੰ ਸ਼ਰਾਬ ਨਾਲ ਰਜਾ ਦਿੱਤਾ ਜਾਏ, ਉਹਦੀਆਂ ਅੱਖਾਂ ਤੇ ਫਲਾਦੀ ਤਵੇ ਬੰਨ ਦਿੱਤੇ ਜਾਣ। ਹਥਵਾਨ ਉਸ ਹਾਥੀ ਦੀ ਟੱਕਰ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਦਰਵਾਜ਼ੇ ਨੂੰ ਲਾ ਕੇ ਉਹ ਦਰਵਾਜ਼ਾ ਤੋੜ ਦੇਵੇ। ਜਦੋਂ ਦਰਵਾਜ਼ਾ ਟੁੱਟ ਜਾਏਗਾ ਸਾਰੀਆਂ ਫੌਜਾਂ ਅੰਦਰ ਦਾਖਲ ਹੋਣ ਕਿਲ੍ਹੇ ਦੇ। ਹੱਲਾ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਿਉਂਦਿਆਂ ਬੰਨ ਲਿਆ ਜਾਏ, ਬੰਨ ਕੇ ਦਸਵੇਂ ਪਾਤਸ਼ਾਹ ਨੂੰ ਪੇਸ਼ ਕੀਤਾ ਜਾਏ ਬਾਦਸ਼ਾਹ ਔਰੰਗਜ਼ੇਬ ਦੇ। ਦਿੱਲੀ ਦਰਬਾਰ ਤੋਂ ਖੁਸ਼ੀਆਂ ਮਿਲਣਗੀਆਂ, ਬੜੇ ਵੱਡੇ ਵੱਡੇ ਇਨਾਮ ਮਿਲਣਗੇ ਕਿ ਸਰਕਾਰ ਦਾ ਏਡਾ ਵੱਡਾ ਬਾਗੀ ਗੁਰੂ ਗੋਬਿੰਦ ਸਿੰਘ ਬਾਈ ਧਾਰ ਦੇ ਰਾਜਿਆਂ ਬੰਨ ਕੇ ਪੇਸ਼ ਕਰ ਦਿੱਤਾ ਹੈ। ਕਹਿੰਦੇ ਨੇ ਗੁਰਾਡੀਨ ਹਾਥੀ, ਵੱਡਾ ਹਾਥੀ, ਖੂਨੀ ਹਾਥੀ ਮੰਗਵਾਇਆ ਗਿਆ। ਉਹਨੂੰ ਸ਼ਰਾਬ ਨਾਲ ਰਜਾਉਣ ਦੀ ਤਿਆਰੀ ਕੀਤੀ ਜਾਣ ਲੱਗੀ, ਉਹਦੀ ਸੁਣ ਨਾਲ ਤਿੱਖੀਆਂ ਤਲਵਾਰਾਂ ਬੰਨਣ ਦਾ ਪ੍ਰੋਗਰਾਮ ਬਣ ਗਿਆ, ਉਹਦੀਆਂ ਅੱਖਾਂ ਤੇ ਫਲਾਦ ਦੇ ਤਵੇ ਬੰਨਣ ਦੀ ਸਕੀਮ ਤਿਆਰ ਹੋ ਗਈ। ਇੱਕ ਸਹਿਜਧਾਰੀ ਸਿੱਖ ਇਸ ਬਾਈ ਧਾਰ ਦੇ ਰਾਜਿਆਂ ਦੀ ਫੌਜ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਰਿਪੋਰਟ ਹਾਸਲ ਕਰਨ ਵਾਸਤੇ ਆਇਆ ਹੋਇਆ ਸੀ। ਇਹਨੇ ਸਭ ਕੁਝ ਅੱਖਾਂ ਨਾਲ ਵੇਖਿਆ, ਸ਼ਰਾਬ ਦੀਆਂ ਭਰੀਆਂ ਹੋਈਆਂ ਮਸ਼ਕਾਂ ਜੋ ਹਾਥੀ ਨੂੰ ਪਿਆਉਣ ਵਾਸਤੇ ਆਈਆਂ ਸੀ ਇਹਨੇ ਅੱਖੀਂ ਵੇਖੀਆਂ, ਫਲਾਦ ਦੇ ਤਵੇ ਅੱਖੀਂ ਵੇਖੇ, ਤਿੱਖੀਆਂ ਤਲਵਾਰਾਂ ਜੋ ਸੁਣ ਨਾਲ ਬੰਨਣੀਆਂ ਸੀ ਉਹ ਅੱਖੀਂ ਵੇਖੀਆਂ। ਇਹ ਸਹਿਜਧਾਰੀ ਸਿੱਖ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਪਹੁੰਚ ਗਿਆ, ਹੱਥ ਜੋੜ ਕੇ ਸੀਸ ਨਵਾ ਕੇ ਕਹਿਣ ਲੱਗਾ, ਦਾਤਾਰ ਪਾਤਸ਼ਾਹ ਇੱਕ ਰਿਪੋਰਟ ਲੈ ਕੇ ਆਇਆ ਹਾਂ, ਇੱਕ ਬੇਨਤੀ ਕਰਨ ਵਾਸਤੇ ਆਇਆ ਹਾਂ। ਬਾਈ ਧਾਰ ਦੇ ਰਾਜੇ ਕੀ ਕਰਨਗੇ? ਇਹ ਸਹਿਜਧਾਰੀ ਸਿੱਖ ਨੇ ਆਪਣੀ ਰਿਪੋਰਟ ਵਿੱਚ ਇਹ ਲਫ਼ਜ਼ ਐਵੇਂ ਪੇਸ਼ ਕੀਤੇ, ਧਿਆਨ ਨਾਲ ਸੁਣੀਏ। ਸਹਿਜਧਾਰੀ ਇੱਕ ਸਿੱਖ ਸੀ, ਹਾਂ ਸਿੱਖ ਸੀ, ਸਤਿਗੁਰ ਦਾ ਪ੍ਰੇਮੀ, ਜਿਸ ਦਾ ਡੈਰੀ ਕੰਮ ਸੀ, ਹਾਂ ਕੰਮ ਸੀ, ਸੇਵਾ ਨੇ ਧਨੇਮੀ। ਕਹਿੰਦਾ ਇੱਕ ਹੈ ਕਹਿਲੂਰੀ
ਕਰੀ ਹਾਂ ਕੇਸਰੀ ਗੁੱਸੇ ਨਾ ਭਰਿਆ ਰੋਜੀ ਦੇ ਤੂੰ ਗੁਰਾਂ ਦਾ ਹਾਂ ਗੁਰਾਂ ਦਾ ਨਹੀਂ ਜਾਂਦਾ ਜਰਿਆ ਬੰਦਾ ਭੇਜਿਆ ਹਾਂ ਭੇਜਿਆ ਝੋਲਾ ਹਾਥੀ ਨਸ਼ੇ ਪਲਾ ਕੇ ਰਾਜਿਆ ਹਾਂ ਰਾਜਿਆ ਨਸ਼ਿਆ ਹਾਥੀ ਕਵੇ ਫਲਾਦੀ ਉਸਦੇ ਹਾਂ ਉਸਦੇ ਮੱਥੇ ਤੇ ਬੱਦੇ ਮਰਤੀ ਆਪਣੇ ਰਾਜਿਆ ਹਾਂ ਰਾਜਿਆ ਦੂਰਾਂ ਤੋਂ ਸੱਦੇ ਰੁਕੂਣਾ ਕਿਸੇ ਤੋਂ ਹਾਂ ਕਿਸੇ ਤੋਂ ਜਦ ਆਇਆ ਹਾਥੀ ਨਸ਼ੇ ਪਲਾ ਕੇ ਰਾਜਿਆ ਹਾਂ ਰਾਜਿਆ ਨਸ਼ਿਆ ਹਾਥੀ ਤੂਰੇ ਖੋਟ ਕੇ ਕੋਟ ਕੇ ਵਿੱਚ ਭੀਮ ਲੜਾਈ ਵਧੀਆ ਅਬਲ ਸ਼ਰਾਬ ਦੀ ਹਾਂ ਸ਼ਰਾਬ ਦੀ ਇੱਕ ਮਸ਼ਕ ਪਲਾਈ ਸਿੱਖਾ ਤੇਰੀ ਰਿਪੋਰਟ ਠੀਕ ਪਹੁੰਚ ਗਈ ਹੈ ਤੂੰ ਆਪਣੀ ਡਿਊਟੀ ਠੀਕ ਭੁਗਤਾ ਦਿੱਤੀ ਹੈ ਆਲੈਂਡ ਦੇ 22 ਧਾਰ ਦੇ ਰਾਜਿਆਂ ਦਾ ਹਾਥੀ ਸੱਚੇ ਪਾਤਸ਼ਾਹ ਮੈਂ ਪੁੱਛਣਾ ਚਾਹੁੰਦਾ ਆ ਤੇ ਲੈਣ ਦਿਓ ਰਾਜਿਆਂ ਦਾ ਹਾਥੀ ਪਾ ਉਹਦੇ ਨਾਲ ਲੜੂਗਾ ਕੌਣ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਸਾਡੇ ਕੋਲ ਮਜੀਠੇ ਵਾਲਾ ਹਾਥੀ ਬੈਠਾ ਦੁਨੀ ਚੰਦ ਮਸੰਦ ਇਹ ਤਲਵਾਰ ਮਾਰ ਕੇ ਹਾਥੀ ਦੀ ਸੁੰਨ ਵੱਢ ਸੁੱਟੇਗਾ ਕਲਗੀ ਵਾਲੇ ਪਾਤਸ਼ਾਹ ਦਾ ਐਲਾਨ ਸੁਣ ਕੇ ਬਹੁਤ ਖੁਸ਼ ਹੋਈਆਂ ਸੰਗਤਾਂ ਬਾਕੀ ਦਾ ਹਿੱਸਾ ਅਗਲੇ ਪਾਸੇ ਸੁਣੋ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ ਸਾਡਾ ਹਾਥੀ ਦੁਨੀ ਚੰਦ 22 ਧਾਰ ਦੇ ਹਾਥੀ ਦਾ ਲੜੂਗਾ ਸੰਗਤਾਂ ਨੇ ਤਾਂ ਬੜੀ ਖੁਸ਼ੀ ਕੀਤੀ ਕਿ ਦੁਨੀ ਚੰਦ ਦੇ ਭਾਗ ਚੰਗੇ ਨੇ ਹਰ ਸਿੱਖ ਜਾਣਦਾ ਹੈ ਕਿ ਜਿਹੜਾ ਸਿੱਖ ਗੁਰੂ ਸਾਹਿਬ ਦੇ ਹੁਕਮ ਵਿੱਚ ਹੈ ਉਹਨੂੰ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਆਊਗਾ ਪਰ ਦੁਨੀ ਚੰਦ ਨੇ ਸੋਚਿਆ ਵੀ ਖਾਣ ਪੀਣ ਵਾਸਤੇ ਆਏ ਸਾਂ ਸ਼ਗਨ ਛਕਾਉਣ ਵਾਸਤੇ ਆਏ ਸਾਂ ਹੁਣ ਹਾਥੀ ਨਾਲ ਲੜਨਾ ਪਵੇਗਾ ਕਈ ਬੰਦੇ ਖਾਣ ਪੀਣ ਲਈ ਬੜੇ ਤਗੜੇ ਹੁੰਦੇ ਆ ਲੇਕਿਨ ਕੰਮ ਦੇ ਮੈਦਾਨ ਵਿੱਚ ਬੜੇ ਕਮਜ਼ੋਰ ਹੁੰਦੇ ਆ ਦੁਨੀ ਚੰਦ ਕਹਿੰਦੇ ਜਦੋਂ ਆਇਆ ਨਾ ਮਜੀਠਿਓ ਇਹ ਭਾਈ ਸਾਹਿਬ ਉਹਦਾ ਪੋਤਰਾ ਸੀ ਪਤਲਾ ਜਿਹਾ ਸੀ ਕੱਦ ਦਾ ਜਦੋਂ ਆਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਭਾਈ ਸਾਹਿਬ ਉਹਦਾ ਪੋਤਰਾ ਸਮਝ ਕੇ ਪ੍ਰੇਮ ਕਰਕੇ ਸੇਵਾਦਾਰ ਲੰਗਰ ਦਾ ਲਾ ਦਿੱਤਾ ਇਹਦੀ ਡਿਊਟੀ ਕੜਾਹ ਪ੍ਰਸ਼ਾਦ ਵਰਤਾਉਣ 'ਤੇ ਲਾ ਦਿੱਤੀ ਧਿਓਲੇ ਦਾ ਬਣਦਾ ਸੀ ਕੜਾਹ ਉਨਾ ਹੀ ਪੈਣਾ ਮਿੱਠਾ ਉਨਾ ਹੀ ਪੈਣਾ ਘਿਓ ਅਤੇ ਉਨਾ ਹੀ ਪੈਣਾ ਆਟਾ ਧਿਓਲੇ ਦਾ ਕੜਾਹ ਜਦੋਂ ਛਕਣਾ ਘੁੱਗੂ ਵੱਟ ਵੱਟ ਕੇ ਧਿਓਲੇ ਦਾ ਕੜਾਹ ਅਤੇ ਸੁੱਖ ਨਾਲ ਇੱਕ ਮਹੀਨਾ ਜਿਹੜਾ ਛਕ ਲੈ ਉਹ ਚਮਕਣ ਲੱਗ ਜਾਂਦਾ ਅਤੇ ਦੁਨੀ ਚੰਦ ਨੇ ਜਿਹੜਾ ਛਕਿਆ ਕੜਾਹ ਰੱਜ ਰੱਜ ਕੇ ਕਲਗੀਆਂ ਵਾਲੇ ਦੇ ਦਰਬਾਰ 'ਚੋਂ ਇਹ ਸਤਵਾਂ ਪੱਕਾ ਹੋ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹਦਾ ਨਾਂ ਲਿਆ ਇਹਨੂੰ ਤਾਂ ਮੌਤ ਪੈ ਗਈ ਗੱਪਾਂ ਬੜੀਆਂ ਮਾਰਦਾ ਹੁੰਦਾ ਸੀ ਨਾਲਦਿਆਂ ਨਾਲ ਆਖੇ ਠੀਕ ਹੈ ਵੀ ਮੈਂ ਕੜਾਹ ਪ੍ਰਸ਼ਾਦ ਬਹੁਤਾ ਛਕਦਾ ਠੀਕ ਹੈ ਮੈਂ ਦਾਲ ਰਾੜਾ ਲਾ ਕੇ ਛਕਦਾ ਠੀਕ ਹੈ ਮੈਂ ਰਾਸ਼ਨ ਤੁਹਾਡੇ ਨਾਲੋਂ ਬਹੁਤਾ ਚੁੱਕਦਾ ਪਰ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਤੇ ਵੰਗਾਰਿਆ ਮੈਨੂੰ ਪਤਾ ਵੀ ਉਦੋਂ ਹੀ ਲੱਗਣੇ ਆ ਮੈਂ ਹਾਥੀ ਚੁੱਕ ਚੁੱਕ ਕੇ ਨਾ ਅਸਮਾਨ ਵੱਲ ਮਾਰੂੰਗਾ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਇਹ ਗੱਪਾਂ ਮਾਰਿਆ ਕਰਦਾ ਸੀ
ਸਿੱਖਾਂ ਕੋਲ ਗੱਪਾਂ ਮਾਰਿਆ ਕਰਦਾ ਸੀ। ਇਹਨੇ ਕਈ ਵਾਰ ਮਾਣ ਵਿੱਚ ਆ ਕੇ ਖੁਸ਼ੀ ਵਿੱਚ ਆ ਕੇ ਆਖਣਾ, ਮੈਂ ਤਾਂ ਡਰਦਾ ਪੈਰ ਹੀ ਹੌਲੀ ਰੱਖਦਾ ਜ਼ਮੀਨ ਤੇ, ਭਈ ਕਿਤੇ ਜ਼ਮੀਨ ਨਾ ਠਾਂ ਚਲੀ ਜਾਏ ਮੇਰੇ ਭਾਰ ਨਾਲ। ਬੜਾ ਮਾਣ ਸੀ ਇਹਨੂੰ ਆਪਣੀ ਜਵਾਨੀ ਤੇ ਲੋਕਾਂ ਨੂੰ ਇਹ ਬੜਾ ਰੋਬ ਦਾਬ ਪਾ ਕੇ ਡਰਾਇਆ ਕਰਦਾ ਸੀ। ਜਦੋਂ ਸੱਚੇ ਪਾਤਸ਼ਾਹ ਨੇ ਆਖਿਆ ਲੜੂਗਾ ਹਾਥੀ ਨਾਲ, ਰਾਤ ਪਈ ਸਵੇਰੇ ਹਾਥੀ ਨਾਲ ਜੰਗ ਹੋਣੀ ਸੀ, ਇਹਨੇ ਪ੍ਰੋਗਰਾਮ ਬਣਾਇਆ ਵੀ ਹੁਣ ਕਿਸੇ ਢੰਗ ਨਾਲ ਇਹ ਗੱਲ ਟਾਲ ਦਿੱਤੀ ਜਾਏ। ਇਹ ਸਭ ਤੋਂ ਪਹਿਲਾਂ ਦਇਆ ਸਿੰਘ ਕੋਲ ਗਿਆ, ਕਹਿੰਦਾ ਉਹ ਦਇਆ ਸਿੰਘ ਮੈਂ ਇੱਕ ਤੇਰੇ ਨਾਲ ਗੱਲ ਕਰਨ ਵਾਸਤੇ ਆਇਆ। ਦਇਆ ਸਿੰਘ ਕਹਿੰਦਾ ਦੱਸ ਭਾਈ ਦੁਨੀ ਚੰਦਾ, ਤੈਨੂੰ ਮੈਂ ਵਧਾਈ ਦਿਆਂ। ਕਹਿੰਦਾ ਵਧਾਈ ਕਾਹਦੀ? ਕਹਿੰਦਾ ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਤੇਰਾ ਨਾਂ ਲਿਆ ਤੇ ਹਾਥੀ ਦਾ ਮੁਕਾਬਲਾ ਤੂੰ ਕਰਨਾ, ਤਲਵਾਰ ਮਾਰ ਕੇ ਸੁਣ ਵੜ ਦੇਣੀ ਹੈ। ਇਹ ਕਹਿਣ ਲੱਗਾ ਇਹੋ ਤੇ ਗੱਲ ਮੈਂ ਕਰਨ ਵਾਸਤੇ ਆਇਆ, ਉਹ ਦਇਆ ਸਿੰਘ ਮੇਰੀ ਗੱਲ ਸੁਣ ਲਾ। ਕਹਿੰਦਾ ਕੀ ਆ ਭਾਈ ਦੁਨੀ ਚੰਦਾ? ਉਹ ਕਹਿੰਦਾ ਕੱਲ ਨੂੰ ਤਾਂ ਆਨੰਦਪੁਰ ਨਹੀਂ ਰਹਿਣਾ। ਕਹਿੰਦਾ ਕਿਉਂ? ਕਹਿੰਦਾ ਬਾਈ ਧਰ ਦੇ ਰਾਜਿਆਂ ਕੋਲ ਤਾਕਤ ਬੜੀ ਹੈ, ਉਹਨਾਂ ਆਨੰਦਪੁਰ ਸਾਹਿਬ ਚੋਂ ਸਾਨੂੰ ਕੱਢ ਦੇਣਾ। ਉਹ ਮੇਰੀ ਗੱਲ ਮੰਨ ਲੈ, ਤੂੰ ਕਲਗੀਆਂ ਵਾਲੇ ਪਾਤਸ਼ਾਹ ਨੂੰ ਆਖ ਵੀ ਹਾਥੀ ਦਾ ਮੁਕਾਬਲਾ ਮੇਰੇ ਕੋਲੋਂ ਨਾ ਕਰਾਉਣ। ਹਾਥੀ ਦਾ ਮੁਕਾਬਲਾ ਬੰਦਾ ਨਹੀਂ ਕਰ ਸਕਦਾ ਤੇ ਮੇਰੇ ਕੋਲੋਂ ਹਾਥੀ ਦਾ ਮੁਕਾਬਲਾ ਨਹੀਂ ਹੋਣਾ। ਜੇ ਉਸ ਤਰ੍ਹਾਂ ਮੈਨੂੰ ਮਾਰ ਦੇਣ ਦਾ ਇਰਾਦਾ ਤੇ ਫਿਰ ਗੱਲ ਵੱਖਰੀ ਹੈ। ਭਾਈ ਦਇਆ ਸਿੰਘ ਨੇ ਬੜੇ ਪਿਆਰ ਨਾਲ ਆਖਿਆ ਦੁਨੀ ਚੰਦਾ ਹੌਸਲਾ ਨਾ ਹਾਰ, ਓਏ ਹੌਸਲਾ ਕਰੇਗਾ ਤੇ ਤੇਰੀ ਜਿੱਤ ਹੋਣੀ ਹੈ। ਇਹਨੇ ਸੋਚਿਆ ਅਸਲ ਵਿੱਚ ਇਹ ਮੈਨੂੰ ਮਰਵਾਉਣਾ ਚਾਹੁੰਦਾ, ਇਹਨੂੰ ਵੀ ਕੜਾਹ ਪ੍ਰਸ਼ਾਦ ਮੈਂ ਥੋੜਾ ਦਿੰਦਾ ਰਿਹਾ। ਇਹ ਭਾਈ ਦਇਆ ਸਿੰਘ ਕੋਲੋਂ ਤੁਰ ਪਿਆ, ਇਹ ਪਹੁੰਚ ਗਿਆ ਭਾਈ ਧਰਮ ਸਿੰਘ ਕੋਲ। ਕਹਿੰਦਾ ਭਾਈ ਧਰਮ ਸਿੰਘ ਮੈਂ ਤੇਰੇ ਕੋਲ ਇੱਕ ਦਿਲ ਦੀ ਗੱਲ ਕਰਨ ਵਾਸਤੇ ਆਇਆ। ਕਹਿੰਦਾ ਆ ਭਾਈ ਕੀ ਗੱਲ ਕਰਨੀ ਹੈ? ਭਾਈ ਦੁਨੀ ਚੰਦਾ ਇਹ ਕਹਿੰਦਾ ਗੱਲ ਇਹੀ ਕਰਨੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਆਖ ਕਿ ਹਾਥੀ ਦਾ ਮੁਕਾਬਲਾ ਬੰਦਾ ਨਹੀਂ ਕਰ ਸਕਦਾ। ਓਏ ਬੰਦਾ ਰੱਜਿਆ ਹੋਏ ਸ਼ਰਾਬ ਨਾਲ ਉਹ ਦਸਾਂ ਬੰਦਿਆਂ ਕੋਲੋਂ ਨਹੀਂ ਫੜਿਆ ਰਹਿੰਦਾ, ਤੇ ਜੇ ਹਾਥੀ ਰੱਜ ਕੇ ਆਇਆ ਸ਼ਰਾਬ ਨਾਲ ਤੇ ਮੈਂ ਉਹਦਾ ਮੁਕਾਬਲਾ ਕਿਵੇਂ ਕਰਨਾ? ਧਰਮ ਸਿੰਘ ਨੇ ਆਖਿਆ ਦੁਨੀ ਚੰਦਾ ਮੇਰਾ ਖਿਆਲ ਕਿ ਤੈਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਫੈਸਲਾ ਠੀਕ ਨੇਪਰੇ ਚੜੇਗਾ ਔਰ ਮੇਰਾ ਖਿਆਲ ਹੈ ਕਿ ਜਿੱਤ ਤੇਰੀ ਹੋਣੀ ਹੈ, ਹਾਥੀ ਤੇਰਾ ਮੁਕਾਬਲਾ ਨਹੀਂ ਕਰੇਗਾ। ਇਹਨੇ ਸੋਚਿਆ ਇਹ ਵੀ ਦਇਆ ਸਿੰਘ ਦਾ ਹੀ ਸਾਥੀ ਹੈ ਨਾ, ਇਹ ਵੀ ਪੰਜਾਂ ਪਿਆਰਿਆਂ ਵਿੱਚੋਂ ਹੀ ਹੈ ਨਾ, ਇਹ ਉਹਦੇ ਕੋਲੋਂ ਵੀ ਤੁਰ ਪਿਆ। ਇਹ ਫਿਰ ਤੀਸਰੇ ਨੰਬਰ ਤੇ ਗਿਆ, ਉਹ ਭਾਈ ਸਾਹਿਬ ਸਿਆਂ ਮੇਰੀ ਮਦਦ ਕਰ, ਕਲਗੀਆਂ ਵਾਲੇ ਪਾਤਸ਼ਾਹ ਨੂੰ ਆਖ ਹਾਥੀ ਦਾ ਮੁਕਾਬਲਾ ਹੋਰ ਕਿਸੇ ਕੋਲੋਂ ਕਰਾਉਣ। ਸਮਝਾਇਆ ਭਾਈ ਸਾਹਿਬ ਸਿੰਘ ਨੇ ਵੀ, ਹਿੰਮਤ ਸਿੰਘ ਨੇ ਵੀ ਸਮਝਾਇਆ, ਮੋਹਕਮ ਸਿੰਘ ਨੇ ਵੀ ਸਮਝਾਇਆ, ਪਰ ਇਹ ਨਾ ਸਮਝਿਆ। ਆਖਰ ਇਹਨੇ ਆਪਣੇ ਟੋਲੀ ਵਾਲ, ਆਪਣੇ ਖਿਆਲਾਂ ਦੇ ਬੰਦੇ, ਆਪਣੇ ਨਾਲ ਤੁਰਨ ਵਾਲੇ ਬੰਦੇ ਕਿਲੇ ਦੀ ਇੱਕ ਨੁਕਰੇ ਇਕੱਠੇ ਕਰ ਲਏ, ਕਰਕੇ ਆਪਣੇ ਖਿਆਲਾਂ ਦੇ ਬੰਦੇ ਇਕੱਠੇ। ਕਹਿਣ ਲੱਗਾ ਓਏ ਮਿੱਤਰੋ, ਤੁਸਾਂ ਕਲਗੀਆਂ ਵਾਲੇ ਦਾ ਫੈਸਲਾ ਸੁਣ ਲਿਆ, ਪਰ ਯਾਦ ਰੱਖੋ ਮਿੱਤਰੋ, ਜੇ ਵਾਰੀ ਮੇਰੀ ਆਈ ਆ ਹਾਥੀ ਨਾਲ ਲੜ ਕੇ ਮਰਨ ਦੀ, ਤੇ ਵਾਰੀ ਤੁਹਾਡੀ ਵੀ ਜ਼ਰੂਰ ਆਏਗੀ। ਮੇਰੀ ਰਾਏ ਮੰਨੋ, ਆਓ ਰਾਤੋ ਰਾਤ ਕਲਗੀਆਂ ਵਾਲੇ ਪਾਤਸ਼ਾਹ ਕੋਲੋਂ ਨੱਸ ਚਲੀਏ। ਜਿਵੇਂ ਦੁਨੀ ਚੰਦ ਨੇ ਆਪਣੇ ਨਾਲਦਿਆਂ ਨੂੰ ਫੈਸਲਾ ਦਿੱਤਾ, ਉਹਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ, ਜਰਾ ਪਿਆਰ ਨਾਲ ਸੁਣਨ। ਆਵੋ ਸਹਿਮਤ ਹੋਵੋ ਮੇਰੇ ਨਾਲ, ਜਿਨ੍ਹਾਂ ਨੂੰ ਜਿੰਦ ਪਿਆਰੀ, ਮਗਰੋਂ ਫੇਰ ਜਵਾਬ ਦਿਆ ਦੇ, ਸੁਣੋ ਵਾਰਤਾ ਸਾਰੀ। ਸਿੱਖ ਮਰਵਾਉਣੇ ਸਮਝ ਛੱਡਿਆ, ਦਸਵੇਂ ਗੁਰਾਂ ਖਡਾਉਣਾ, ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਵਾਉਣਾ। ਆਵੋ ਸਹਿਮਤ ਹੋ ਮੇਰੇ ਨਾਲ, ਜਿਨ੍ਹਾਂ ਨੂੰ ਜਿੰਦ ਪਿਆਰੀ, ਮਗਰੋਂ ਫੇਰ ਜਵਾਬ ਦਿਆ ਦੇ, ਸੁਣੋ ਵਾਰਤਾ ਸਾਰੀ। ਸਿੱਖ ਮਰਾਉਣੇ ਸਮਝ ਛੱਡਿਆ, ਦਸਵੇਂ ਗੁਰਾਂ ਖਡਾਉਣਾ, ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ। ਹਾਥੀ ਦਲੋਂ ਸ਼ਰਾਬੀ ਹੋ ਗਿਆ, ਕੌਣ ਮੋੜ ਦੂ ਲੜਕੇ, ਹਾਥੀ ਦਲੋਂ ਸ਼ਰਾਬੀ ਹੋ ਗਿਆ, ਕੌਣ ਮੋੜ ਦੂ ਲੜਕੇ, ਕਿਹੜੀ ਗੱਲੋਂ ਦਸਮ ਗੁਰਾਂ ਨੇ ਹੁਕਮ ਸੁਣਾ ਤਾ ਕਰਕੇ। ਗੱਲ ਨਿਆਣੀ ਸੋਚ ਸਿਆਣੀ, ਅਸਾਂ ਨੀ ਹੁਸਨ ਲਟਾਉਣਾ, ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ। ਮੈਥੋਂ ਪਿੱਛੋਂ ਤੁਹਾਡੀ ਵਾਰੀ, ਓਏ ਮੈਥੋਂ ਪਿੱਛੋਂ ਤੁਹਾਡੀ ਵਾਰੀ, ਆਜੂ ਵਾਰੀ ਵਾਰੀ, ਮੈਂ ਤਾਂ ਤੁਹਾਨੂੰ ਸੋਚ ਸਮਝ ਕੇ ਗੱਲ ਸੁਣਾਤੀ ਸਾਰੀ। ਫੇਰ ਨੀ ਕਿਸੇ ਸਹਾਇਤਾ ਕਰਨੀ, ਜਦ ਹਾਥੀ ਨੇ ਟਾਉਣਾ, ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ। ਰਾਤੋ ਰਾਤ ਤੁਰ ਜੀਏ ਇੱਕ ਦਰੇ, ਰਾਤੋ ਰਾਤ ਤੁਰ ਜੀਏ ਇੱਕ ਦਰੇ, ਆਜੋ ਦਿਲ ਦੇ ਯਾਰੋ, ਗੱਲ ਮਾਮੂਲੀ ਨਿਕਲ ਜਾਣਾ, ਸ਼ਾਰ ਸਮ
ਭੁੱਲ ਕੇ ਮਾਰੋ ਸਾਨੀ ਹੁਣ ਮੇਰੇ ਆਈ ਤੋਂ ਰੁੱਸਿਆ ਯਾਰ ਮਨਾਉਣਾ ਮੈਂ ਤਾਣੀ ਹੁਣ ਮੇਰੇ ਆਈ ਤੋਂ ਰੁੱਸਿਆ ਯਾਰ ਮਨਾਉਣਾ ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ ਲੰਮੇ ਲੰਮੇ ਰਸਤੇ ਗੜ ਕੇ ਓਏ ਲੰਮੇ ਲੰਮੇ ਰਸਤੇ ਗੜ ਕੇ ਕਿਲੇ ਪਿਛੇ ਲਮਕਾਈਏ ਇਸ ਕੜਾ ਤੋਂ ਮਿਸੀਆਂ ਚੰਗੀਆਂ ਹੋਏ ਪਰ ਨਾ ਜਿੰਦ ਗਵਾਈਏ ਚੰਦਨ ਹਰਿਆ ਭਰਿਆ ਅਸਾਂ ਨੀ ਆਪ ਪਟਾਉਣਾ ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ ਬੰਦਾ ਜੇ ਹੋ ਜਾਏ ਸ਼ਰਾਬੀ ਆਲੀ ਫੜਿਆ ਰਹਿੰਦਾ ਬੰਦਾ ਦੇ ਹੋ ਜਾਏ ਸ਼ਰਾਬੀ ਉਹ ਨੀ ਫੜਿਆ ਰਹਿੰਦਾ ਦੱਸੋ ਬੰਦਾ ਹਾਥੀ ਮੂਹਰੇ ਕੌਣ ਜੋੜਿਆ ਰਹਿੰਦਾ ਕਿੱਥੇ ਲਿਖਿਆ ਹਾਥੀ ਮੂਹਰੇ ਲੰਨ ਬੰਦੇ ਨੂੰ ਡਾਉਣਾ ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ ਆਵੋ ਮਰਦੋ ਹੱਸ ਹੱਸ ਕੇ ਓਏ ਆਵੋ ਮਰਦੋ ਹੱਸ ਹੱਸ ਕੇ ਜਿਨ੍ਹਾਂ ਨੇ ਜਿੰਦ ਬਚਾਉਣੀ ਨਹੀਂ ਤਾਂ ਸਭ ਨੂੰ ਤੁਰਨਾ ਪੈਜੂ ਛੱਡ ਕੇ ਹਾਰੀ ਸੋਹਣੀ ਸਾਨੂੰ ਸਮਝਿਆ ਬੇਕੀਮਤੀ ਪਾੜ ਭੰਗ ਗਾਉਣਾ ਹਾਥੀ ਨਾਲ ਲੜਾ ਗਏ ਸਾਨੂੰ ਸਤਿਗੁਰ ਨੇ ਮਰਾਉਣਾ ਮੰਨ ਗਿਆ ਡਰਪੋਗ 500 ਹਾਂ ਕਰ ਦਿੱਤੀ ਪੂਰੀ ਜਿਹੜੀ ਗੱਲ ਕਰੇ ਉਹ ਕਰੀਏ ਰਹਾਂਗੇ ਤੇਰੇ ਹਜ਼ੂਰੀ ਇਸ ਤੋਂ ਅੱਗੇ ਫੇਰ ਕੀ ਬੀਤੀ ਜੋਗੀ ਸ਼ਹਿਰਾਂ ਗਾਉਣਾ ਹਾਥੀ ਨਾਲ ਲੜਾ ਕੇ ਸਾਨੂੰ ਸਤਿਗੁਰ ਨੇ ਮਰਵਾਉਣਾ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਜਿਹੜਾ ਬੜਾ ਚੰਗਾ ਸੇਵਾਦਾਰ ਸੀ ਇਹ ਬੜਾ ਚੰਗਾ ਮਿੱਤਰਾਂ ਦੀ ਦੁਨੀਆਂ 'ਚ ਵਸਣ ਵਾਲਾ ਸੀ ਇਹ ਬੜਾ ਚੰਗਾ ਭਰੋਸੇ ਵਾਲਾ ਸੀ ਇਹ ਬੜਾ ਚੰਗਾ ਖੁਰਾਕੀ ਸੀ ਇਹ ਆਪਣੇ ਨਾਲਦਿਆਂ ਨੂੰ ਮਨਾ ਰਿਹਾ ਆਓ ਚੱਲੀਏ ਕਹਿੰਦਾ ਉਹ ਘਰਾਂ ਦੀਆਂ ਰੁੱਖੀਆਂ ਇੱਥੇ ਦੇ ਕੜਾਹ ਨਾਲੋਂ ਕਈ ਦਰਜੇ ਚੰਗੀਆਂ ਜੇ ਕਈ ਬੰਦੇ ਗੱਪਾਂ ਮਾਰਨ ਵਾਲੇ ਬੜੇ ਤਗੜੇ ਹੁੰਦੇ ਗੱਪੀ ਇੱਕ ਗੱਪੀ ਦੀ ਗੱਲ ਯਾਦ ਆ ਗਈ ਘਰ ਵਾਲੀ ਨੂੰ ਆਖਿਆ ਕਰੇ ਮੇਰੇ ਜਿੱਡਾ ਦਲੇਰ ਹੀ ਕੋਈ ਨਹੀਂ 10 ਤਰੀਕ ਨਹੀਂ ਮੇਰੇ ਨਾਲ ਲੜ ਸਕਦੇ ਮੇਰੀ ਡਾਂਗ ਦਾ ਮੁਕਾਬਲਾ ਕਰ ਹੀ ਕੋਈ ਨਹੀਂ ਸਕਦਾ ਇੱਥੋਂ ਤੱਕ ਆਖਿਆ ਕਰੇ ਵੀ ਲੜਨ ਵਾਸਤੇ ਕਦੇ ਘਰੋਂ ਡਾਂਗ ਹੀ ਨਹੀਂ ਖੜੀ ਜਿਹੜੇ ਲੜਨ ਆਉਂਦੇ ਨੇ ਸੋਟਾ ਉਹਨਾਂ ਕੋਲੋਂ ਖੋ ਨਾ ਆਉਂਦਾ ਗੱਪਾਂ ਸੁਣਦੀ ਰਹੀ ਘਰ ਵਾਲੀ ਨਵੀਂ ਨਵੀਂ ਆਈ ਸੀ ਵਿਚਾਰੀ 2-4 ਸਾਲ ਸੁਣਦੀ ਰਹੀ ਪਰ ਇਸ ਗੱਪੀ ਦੀ ਆਦਤ ਨਾ ਬਦਲੀ ਤੇ ਰੋਜ਼ ਆਇਆ ਕਰੇ ਕਵੇਲੇ ਕਿਤੋਂ ਭੱਠੀ ਤੋਂ ਅੱਗ ਸੇਕ ਕੇ ਤੇ ਘਰ ਵਾਲੀ ਨੂੰ ਆਣ ਕੇ ਆਖਣਾ ਸਰੀਕ ਕੁੱਟ ਕੇ ਆਇਆ ਕਣਕ ਵੱਲ ਫੇਰਾ ਮਾਰ ਕੇ ਆਇਆ ਕਮਾਦ ਵਾਲੀ ਪੈਲੀ ਵੇਖ ਕੇ ਆਇਆ ਫਲਾਨਿਆਂ ਨਾਲ ਲੜ ਕੇ ਆਇਆ ਇੱਕ ਦਿਨ ਇਹ ਸੂਰਮਾ ਗੱਪੀ ਸੂਰਮਾ ਆਉਂਦਾ ਸੀ ਖੂਹ ਰਾਤ ਦੀ ਹਨੇਰੀ ਵਿੱਚ ਇਹਦੀ ਘਰਵਾਲੀ ਨੇ ਸੋਚਿਆ ਵੀ ਅੱਜ ਪਤੀ ਨੂੰ ਵੇਖਾਂ ਦਲੇਰ ਕਿੱਡਾ ਕ ਇਹਨੇ ਮਰਦਾਵੇਂ ਲੀੜੇ ਪਾ ਲਏ ਪੱਗ ਬੰਨ ਲਈ ਸਿਰ ਤੇ ਚਾਦਰ ਬੰਨ ਲਈ ਤੇੜ ਡਾਂਗ ਰੱਖ ਲਈ ਮੋਢੇ ਤੇ ਮੂੰਹ ਬੰਨ ਲਿਆ ਪੋਲੇ ਪੋਲੇ ਪੈਰੀ ਜਾ ਕੇ ਚੰਨੇ ਦੇ ਓਹਲਿਆਂ ਦੀ ਹੋ ਕੇ ਜਦੋਂ ਇਹ ਗਾਂਹ ਲੰਘਿਆ ਨਾ ਗਾੜੀ ਤੇ ਬੈਠਾ ਹੋਇਆ ਚੰਨੇ ਤੋਂ ਇਹਨੇ ਡਾਂਗ ਅੱਧੀ ਰੱਖ ਦਿੱਤੀ ਇਹਦੇ ਮੋਹਰਾਂ 'ਚ ਅੱਧੀ ਗਾੜੀ ਤੇ ਮਾਰ ਦਿੱਤੀ ਜਦੋਂ ਡਾਂਗ ਵੱਜੀ ਮੋਹਰਾਂ 'ਚ ਸਿਆਲ ਵਿੱਚ ਕੰਬਦਾ ਕੰਬਦਾ ਗਾੜੀ ਤੋਂ ਉਤਰਿਆ ਹੱਥ ਜੋੜ ਕੇ ਕਹਿਣ ਲੱਗਾ ਚੋਰ ਜੀ ਮਹਾਰਾਜ ਮੇਰੇ ਕੋਲੋਂ ਕੀ ਗਲਤੀ ਹੋ ਗਈ ਆ ਫਿਰ ਚੋਰ ਨੂੰ ਵੀ ਮਹਾਰਾਜ ਆਖੇ ਚੋਰ ਜੀ ਮਹਾਰਾਜ ਮੇਰੇ ਕੋਲੋਂ ਕੀ ਗਲਤੀ ਹੋ ਗਈ ਹੈ ਘਰਵਾਲੀ ਨੇ ਭਾਰਾ ਜਿਹਾ ਬੋਲ ਬਣਾ ਕੇ ਆਖਿਆ ਗੱਲ ਸੁਣ ਤੇਰੀ ਘਰਵਾਲੀ ਕਹਿੰਦੀ ਮੇਰਾ ਬੰਦਾ ਬੜਾ ਦਲੇਰ ਹੈ ਉਹ ਬੜੇ ਸਰੀਕਾਂ ਨੂੰ ਰੋਜ਼ ਕੁੱਟਦਾ ਮਾਰਾਂ ਨਾਲਦਿਆਂ ਨੂੰ ਆਵਾਜ਼ ਭੰਨਦਿਆਂ ਪਾਸੇ ਤੇਰੇ ਮਾਰ ਮਾਰ ਕੇ ਡਾਂਗਾਂ ਇਹ ਕੰਬਦਾ ਕੰਬਦਾ ਕਹਿੰਦਾ ਰੱਬ ਦਾ ਵਾਸਤਾ ਬਖਸ਼ ਲਓ ਮੈਂ ਤੇ ਘਰ ਗੱਪਾਂ ਮਾਰਦਾ ਹੁੰਦਾ ਸਾਂ ਤੁਹਾਨੂੰ ਕਿਹਨੇ ਦੱਸ ਦਿੱਤਾ ਇਹ ਕਹਿੰਦੀ ਫਿਰ ਬੋਲਦਾਂ ਦੀਆਂ ਅਰਲੀਆਂ ਪੁੱਟ ਦੇ ਇਹਨੇ ਅਰਲੀਆਂ ਪੁੱਟ ਦਿੱਤੀਆਂ ਆਂਦਾ ਚੋਰ ਜੀ ਮਹਾਰਾਜ ਹੋਰ ਕੀ ਹੁਕਮ ਹੈ ਆਂਦੀ ਵੀ ਲੀੜੇ ਲਾ ਦੇ ਸਾਰੇ ਇਹਨੇ ਲੀੜੇ ਵੀ ਲਾ ਦਿੱਤੇ ਆਂਦਾ ਚੋਰ ਜੀ ਮਹਾਰਾਜ ਹੋਰ ਕੀ ਹੁਕਮ ਹੈ ਆਂਦੀ ਪੈ ਜਾ ਲੰਮਾ ਇੱਥੇ ਪੁਰਾਣੇ 'ਚ ਇਹ ਲੰਮਾ ਪੈਣ ਲੱਗਾ ਘਰਵਾਲੀ ਨੇ ਪੋਲੀ ਜੀ ਡਾਂਗ ਇੱਕ ਹੋਰ ਰੱਖ ਦਿੱਤੀ ਇਹ ਲੰਮਾ ਪੈਂਦਾ ਬੋਲਿਆ ਕੀ ਗਲਤੀ ਹੋ ਗਈ ਕਿਉਂ ਮਾਰਦੇ ਹੋ ਗਰੀਬ ਨੂੰ ਇਹ ਕਹਿੰਦੀ ਵੀ ਮੈਂ ਨਾਲਦਿਆਂ ਨਾਲ ਸਲਾਹ ਕਰਨੀ ਆ ਸੋਚਣਾ ਵਿਚਾਰਨਾ ਵੀ ਤੈਨੂੰ ਕੁੱਟਣਾ ਹੋਰ ਕਿ ਜਿਉਂਦੇ ਨੂੰ ਛੱਡ ਜਾਣਾ ਕਹਿੰਦਾ ਨਾ ਮਾਰਿਓ ਹੋਰ ਲੰਮਾ ਪੈ ਗਿਆ ਜਦੋਂ ਲੰਮਾ ਪੈਣ ਡਿਆ ਸੀ ਇਹਨੇ ਪੋਲੀ ਜੀ ਇੱਕ ਹੋਰ ਰੱਖ ਦਿੱਤੀ ਹੁਣ ਘਰਵਾਲੀ ਨੇ ਬਲਦ ਹਿੱਕੇ ਦੂਸਰੇ ਰਾਹ ਪਾਏ ਘਰ ਲਿਆ ਕੇ ਬੰਨ ਦਿੱਤੇ ਅੱਧੀਓ ਰਾਤ ਟੁੱਟੀ ਤੇ ਵੀ ਉੱਠ ਖਲੋਤਾ ਗੱਪੀ ਭਲਵਾਨ
ਚਾਰ ਚੁਫੇਰੇ ਵੇਖਿਆ, ਰਾਤ ਅੱਧੀਓ ਢਲ ਚੁੱਕੀ ਵੇਖੀ, ਹੁਣ ਪਿੰਡ ਨੂੰ ਤੁਰਿਆ ਆਉਂਦਾ ਛੱਜ ਦੀ ਤਰ੍ਹਾਂ ਵੱਜਦਾ। ਬਹਾਨੇ ਬਣਾਉਂਦਾ ਵੀ ਘਰ ਦੀ ਨੇ ਪੁੱਛਣਾ ਦੱਸੂਗਾ ਕੀ, ਤੇ ਝੂਠਾ ਆਦਮੀ ਫਿਰ ਬਹਾਨੇ ਬੜੇ ਟੋਲਦਾ। ਘਰ ਆ ਗਿਆ, ਬੁਲਦ ਬੱਝੇ ਹੋਏ ਵੇਖੇ ਖੁਰਲੀ ਤੇ, ਆਂਦਾ ਇਹ ਚੰਗਾ ਹੋਇਆ ਵੀ ਬੁਲਦ ਤੇ ਘਰ ਆ ਗਏ ਨਾ। ਫਿਰ ਆਂਦਾ ਵੰਡ ਬੜਾ ਪਾਉਂਦੇ ਰਹੇ, ਐਰਕਾ ਨਾਸਾ ਉਹਨੇ ਰਾਤ ਦੇ ਹਨੇਰੇ ਚੋਰਾਂ ਤੋਂ। ਘਰ ਦੀ ਨੇ ਵੇਖਿਆ, ਪਤਾ ਤੇ ਸੀ ਲੀੜੇ ਮੈਂ ਹੀ ਲਵਾਏ ਆ, ਇਹਨੂੰ ਠੀਕ ਠਾਕ ਦੱਸਣ ਲਈ ਕਹਿਣ ਲੱਗੀ, ਆਏ ਮੈਂ ਮਰ ਜਾ ਤੁਹਾਡੇ ਲੀੜੇ, ਕਹਿਣ ਲਾ ਲੈ। ਕਹਿੰਦਾ ਪਹਿਲਾਂ ਅੱਗ ਬਾਲ ਫਿਰ ਦੱਸਦਾ। ਇਹਨੇ ਅੱਗ ਬਾਲੀ, ਚੁੱਲ੍ਹੇ ਗਾੜੀ ਬਹਿ ਗਿਆ ਪੀੜੀ ਉੱਤੇ, ਤੇ ਘਰ ਦੀ ਨੇ ਪੁੱਛਿਆ, ਜੀ ਕੀ ਹੋਇਆ? ਆਂਦਾ ਹੋਣਾ ਕੀ ਆ, ਜਿਹੜੇ ਬੰਦੇ ਮੈਂ ਪਰਸੋਂ ਭਜਾਏ ਸੀ ਨਾ 12-13 ਡਾਂਗਾਂ ਮਾਰ ਮਾਰ ਕੇ, ਅੱਜ ਉਹ ਬਹੁਤੇ ਬੰਦੇ ਲਿਖ ਕੇ ਆਏ। ਕਹਿੰਦੀ ਫਿਰ ਕੀ ਹੋਇਆ? ਕਹਿੰਦਾ ਮੈਂ ਵੇਖ ਲਿਆ ਵੀ ਚੋਰ ਹੀ ਆਉਂਦੇ ਆ, ਉਹੋ ਹੀ ਬੰਦੇ ਜਿਨ੍ਹਾਂ ਨੂੰ ਮੈਂ ਕੁੱਟ ਕੇ ਘੱਲਿਆ ਉਹੀ ਆਉਂਦੇ ਆ। ਮੈਂ ਫਿਰ ਬੁਲਦਾਂ ਦੀਆਂ ਅਰਲੀਆਂ ਪੁੱਟ ਦਿੱਤੀਆਂ। ਕਹਿੰਦੀ ਫਿਰ ਕੀ ਹੋਇਆ ਜੀ? ਕਹਿੰਦਾ ਬੁਲਦਾਂ ਨੂੰ ਮੈਂ ਭਜਾ ਤਾ ਪੈਣੀਆਂ ਮਾਰ ਕੇ। ਕਹਿੰਦੇ ਫਿਰ ਕੀ ਹੋਇਆ ਜੀ? ਕਹਿੰਦਾ ਫਿਰ ਮੈਂ ਵੰਗਾਰਿਆ ਉਹਨਾਂ ਨੂੰ ਵੀ ਆ ਜਾਓ ਹੁਣ ਸੁੱਕੇ ਨਾ ਜਾਇਓ। ਕਹਿੰਦਾ ਵੱਜ ਵੱਜ ਕੇ ਡਾਂਗਾ ਮੇਰਾ ਕੁੜਤਾ ਪਾੜ ਗਿਆ, ਲਾਹ ਕੇ ਮੈਂ ਉਹ ਮਾਰਿਆ, ਚਾਦਰ ਲਾਹ ਕੇ ਉੱਧਰ ਮਾਰੀ, ਉਹਦੇ ਨਾਲ ਲੜਿਆ ਨਹੀਂ ਸੀ ਜਾਂਦਾ, ਜੁੱਤੀ ਨਾਲ ਉਹ ਨਹੀਂ ਲੜਿਆ ਜਾਂਦਾ, ਮੈਂ ਪਹਿਲਾਂ ਹੀ ਲਾਹਤੀ ਸੀ ਬੰਦੇ ਆਉਂਦੇ ਵੇਖ ਕੇ, ਪੱਗ ਉੱਦਾਂ ਹੀ ਡਾਂਗਾਂ ਵੱਜਦਿਆਂ ਲੈ ਕੇ ਕਿਤੇ ਡਿੱਗ ਪਈ। ਕਹਿੰਦਾ ਕਰਮਾ ਵਾਲੀਏ ਮੇਰੇ ਤੇ ਵੱਜੀਆਂ ਹੀ ਦੋ ਹੀ, ਜਿਹੜੀਆਂ ਮਾਰੀਆਂ ਸੀ ਨਾ ਘਰ ਵਾਲੀ ਨੇ ਪੋਲੀਆਂ ਪੋਲੀਆਂ, ਉਹੋ ਹੀ ਕਰਕੇ ਦੀਵੇ ਵੱਲ ਨੂੰ ਮੋਰ ਵਿਖਾਵੇ। ਇਹ ਭਲਵਾਨ ਗੱਪੀ। ਘਰ ਦੀ ਆਂਦੀ ਬੜੀ ਮਾੜੀ ਗੱਲ ਹੋਈ, ਤੁਹਾਨੂੰ ਕਾਹਨੂੰ ਮਾਰਨਾ ਸੀ ਚੋਰਾਂ ਨੇ, ਅਸੀਂ ਕੀ ਗਵਾਇਆ ਸੀ ਕਿਸੇ ਦਾ? ਅੰਦਰ ਹੱਸਦੀ ਹੱਸਦੀ ਗਈ, ਲਿਆ ਕੇ ਉਹ ਹੀ ਲੀੜਿਆਂ ਵਾਲੀ ਗੱਠੜੀ ਰੱਖ ਕੇ ਪਤੀ ਦੇ ਸਾਹਮਣੇ ਕਹਿਣ ਲੱਗੀ, ਸਵਾਮੀ ਜੀ ਇਸਤਰੀ ਤੇ ਪਤੀ ਦਾ ਪਰਦਾ ਇੱਕ ਹੁੰਦਾ, ਮੈਂ ਤੁਹਾਡੀ ਔਰਤ, ਤੁਸੀਂ ਮੇਰੇ ਉਹ ਪਤੀ ਦੇਵ ਜੀ, ਝੂਠ ਨਾ ਬੋਲਿਓ ਵੀ ਆਹ ਲੀੜੇ ਤੁਹਾਡੇ ਤਾਂ ਨਹੀਂ। ਵਿੰਗਾ ਜਿਹਾ ਮੂੰਹ ਬਣਾ ਕੇ ਕਹਿੰਦਾ, ਮੈਨੂੰ ਅੱਗੇ ਪਤਾ ਸੀ ਕੋਈ ਕੁਲਵਿੰਦਰ ਦੀ ਬੀਬੀ ਆ, ਨਹੀਂ ਤੇ ਮਾਰ ਮਾਰ ਪ੍ਰੈਣੀਆਂ ਮੈਂ ਪਾਸੇ ਨਾ ਭੰਨ ਦਿੰਦਾ, ਗੱਪਾਂ ਮਾਰਨੋਂ ਅਜੇ ਵੀ ਨਹੀਂ ਹਟਿਆ। ਗੱਪੀਆਂ ਦਾ ਇਹ ਹਾਲ ਹੁੰਦਾ ਹੈ। ਆਂਦਾ ਹੁੰਦਾ ਸੀ ਦੁਨੀ ਚੰਦ ਮੈਂ ਹੱਥ ਹੀ ਸੁੱਟਦੇ ਨੇ ਕਾਸ਼ ਵੱਲੇ, ਹੁਣ ਨਾਲਦਿਆਂ ਨੂੰ ਆਂਦਾ ਭੱਜ ਚੱਲੀਏ, ਇੱਕ ਦੋ ਚਾਰ ਨਹੀਂ 499 ਬੰਦੇ। ਇਹਦੇ ਖਿਆਲਾਂ ਨਾਲ ਸਹਿਮਤ ਹੋ ਗਏ, ਲੰਮੇ ਲੰਮੇ ਰੱਸੇ ਲੈ ਕੇ ਲੰਗਰ ਚੋਂ ਇਹਨਾਂ ਗੰਢਾਂ ਦੇ ਲਈਆਂ, ਕਿਲੇ ਦੇ ਪਿੱਛੇ ਲਮਕਾਤਾ ਰੱਸਾ, ਕੱਲਾ ਕੱਲਾ ਬੰਦਾ ਕਿਲੇ ਦੀ ਕੰਧ ਤੇ ਚੜਨਾ ਸ਼ੁਰੂ ਹੋ ਗਿਆ। ਬਹੁਤ ਸਾਰੇ ਬੰਦੇ ਉਤਰ ਗਏ, 499 ਪਿੱਛੇ ਉਤਰ ਗਏ। ਜਦੋਂ ਆਈ ਨਾ ਦੁਨੀ ਚੰਦ ਦੀ ਵਾਰੀ, ਇਹ ਲੱਗਾ ਰੱਸਾ ਫੜ ਕੇ ਉਤਰਨ, ਹੁਣ ਸਤਮਣ ਪੱਕਾ ਵਜਨ ਥੋੜਾ ਸੀ, ਜਿਹੜਾ ਰੱਸਾ ਕਿਹੜਾ ਮਾੜਾ ਚੁੱਕ ਸਕਦਾ ਸੀ, ਰੱਸਾ ਉੱਤੋਂ ਟੁੱਟ ਗਿਆ। ਪਾਪੀਆਂ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ, ਇਹਦਾ ਪਾਪੀ ਦਾ ਭਾਰ ਰੱਸੇ ਨੇ ਨਾ ਚੁੱਕਿਆ, ਇਹ ਥੱਲੇ ਪੱਥਰਾਂ ਤੇ ਡਿੱਗਾ। ਸੱਜੀ ਲੱਤ ਮੋਟੇ ਪੱਟੋਂ ਟੁੱਟ ਗਈ, ਨਾਲਦਿਆਂ ਨੇ ਬੁਰੇ ਹਾਲੀ ਚੁੱਕ ਚੁਕਾ ਕੇ ਲਿਆਂਦਾ ਮਜੀਠੇ, ਮੰਜੇ ਤੇ ਲੰਮਾ ਪਾਇਆ, ਜਿਹੜੇ ਬਿਸਤਰੇ ਚ ਲਟਾਇਆ ਨਾ ਉਹਦੇ ਤੋਂ ਹੀ ਸੱਪ ਲੜ ਕੇ ਦੁਨੀ ਚੰਦ ਦੀ ਮੌਤ ਹੋ ਗਈ। ਜਦੋਂ ਦਿਨ ਚੜਿਆ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਾ ਕਿ ਦੁਨੀ ਚੰਦ ਰਾਤ ਦਾ ਡਰਦਾ ਨੱਸ ਗਿਆ, ਰਾਤ ਦਾ 400-500 ਬੰਦੇ ਨੂੰ ਨਾਲ ਵੀ ਲੈ ਗਿਆ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨੀ, ਜਿਹੜਾ ਬੰਦਾ ਮੌਤੋਂ ਡਰਦਾ ਮੌਤ ਤਾਂ ਜਦੋਂ ਆਉਣੀ ਆ ਹੀ ਜਾਣੀ ਹੈ। ਮਹਾਰਾਜ ਨੂੰ ਸਿੱਖਾਂ ਨੇ ਆਖਿਆ, ਮਹਾਰਾਜ ਹੁਣ ਹਾਥੀ ਦਾ ਮੁਕਾਬਲਾ ਕੌਣ ਕਰੇਗਾ? ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਹੁਣ ਹਾਥੀ ਨਾਲ ਸ਼ੇਰ ਲੜੇਗਾ। ਕਿਹੜਾ ਸ਼ੇਰ ਲੜੇਗਾ? ਸਿੱਖਾਂ ਨੇ ਪੁੱਛਿਆ। ਮਹਾਰਾਜ ਨੇ ਆਖਿਆ, ਬਚਿੱਤਰ ਸਿੰਘ ਲੜੇਗਾ, ਆ ਰਠੌਰ ਸੂਰਮਾ ਲੜੇਗਾ, ਆ ਮੁਲਤਾਨੀਆ ਸੂਰਮਾ ਲੜੇਗਾ। ਪੰਜ ਭਰਾ ਸਨ ਬਚਿੱਤਰ ਸਿੰਘ ਸਾਹਿਬ ਹੋਣੀ ਤੇ ਪੰਜੇ ਕਲਗੀਆਂ ਵਾਲੇ ਦੀ ਫੌਜ ਵਿੱਚ ਉਸ ਵੇਲੇ ਜ਼ਿੰਮੇਵਾਰ ਸਨ। ਡਾਕਟਰ ਵੀਰ ਸਿੰਘ ਸਾਹਿਬ ਨੇ ਇਸ ਸੂਰਮੇ ਦਾ ਨਾਮ ਬਚਿੱਤਰ ਸਿੰਘ ਔਰ ਇਹਨਾਂ ਦੀ ਗੋਤ ਰਠੌਰ ਲਿਖਿਆ। ਖਲੋਤਾ ਸੂਰਮਾ ਸਾਹਮਣੇ ਕਲਗੀਆਂ ਵਾਲੇ ਦੇ, ਮਹਾਰਾਜ ਆਪਣੇ ਹੱਥੋਂ ਨਾਗਣੀ ਦੇ ਕੇ ਕਹਿੰਦੇ, ਬਚਿੱਤਰ ਸਿੰਘ ਲੈ ਨਾਗਣੀ ਮਾਰ ਕੇ ਹਾਥੀ ਦਾ ਮੱਥਾ ਤੂੰ ਪਾੜਨਾ। ਤੇ ਬਚਿੱਤਰ ਸਿੰਘ ਕਹਿੰਦਾ, ਮਹਾਰਾਜ ਜੋ ਕੁਝ ਕਰਾਉਣਾ ਜੇ ਕਰਾ ਲਓ, ਤੁਸੀਂ ਸਭ ਕੁਝ ਕਰਾ ਸਕਦੇ ਹੋ। ਕਲਗੀਆਂ ਵਾਲੇ ਪਾਤਸ਼ਾਹ ਨਾਲ ਬਚਿੱਤਰ ਸਿੰਘ ਸੂਰਮਾ ਇਉਂ ਗੱਲਬਾਤ ਕਰ ਰਿਹਾ ਜੀ, ਹਾਥੀ ਰੱਜਿਆ ਸ਼ਰਾਬ ਨਾਲ ਆਵੇਗਾ, ਦਲ ਸੱਜਿਆ ਖਰਾਬ ਨਾਲ ਆਵੇਗਾ, ਕਿਵੇਂ ਜਿੱਤੀਏ ਹਿਸਾਬ ਰਾਜ ਲਾਵੇਗਾ, ਅਸਾਂ ਸੱਚ ਨੂੰ ਇਸ਼ਾਰੇ ਤੇ ਮਚਾਉਣਾ ਸੂਰਮਾ, ਆਲ ਨਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰਮਾ, ਹੱਥ ਜੋੜ ਖੜਾ ਸੂਰਮਾ ਬਚਿੱਤਰ, ਸੀਦਲੇਰ ਬੜਾ ਸੂਰਮਾ ਬਚਿੱਤਰ, ਸੋਹੇ ਘੋੜ ਚੜਾ ਸੂਰਮਾ ਬਚਿੱਤਰ, ਆਪੇ ਕਈ ਰੰਗੇ ਕੰਡ ਲਾਏ ਤਾਲ ਮਾਲਕਾ, ਚਾਹੇ ਕੀੜੀ ਨੂੰ ਲੜਾ ਲੈ ਹਾਥੀ ਨਾਲ ਮਾਲਕਾ, ਮੱਥੇ ਵਿੱਚ ਮਾਰੀ ਨਾਗਣੀ ਦਾ ਵੱਟ ਕੇ, ਮੱਥੇ ਵਿੱਚ ਮਾਰੀ ਨਾਗਣੀ ਨਾ ਵੱਟ ਕੇ, ਅੱਗੇ ਲੰਘ ਜੂਗੀ ਸਾਰੇ ਤਵੇ ਕੱਟ ਕੇ, ਮੁੜੀ ਸੂਰਮਾ ਮਦਾਂ ਨੂੰ ਪਾਲ ਖੱਟ ਕੇ, ਭਾਵੇਂ ਕੁਝ ਹੋਵੇ ਹਾਰ ਕੇ ਨੀ ਆਉਣਾ ਸੂਰਮਾ, ਆਲੇ ਨਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰਮਾ, ਚਾਹੀਦੀ ਆਸ਼ੀਰਵਾਦ ਆਵਰੀ ਨਾ
ਜੰਗ ਦੇ ਵਿਖਾਏ ਉਹਨਾਂ ਦੌਰ ਦੋ, ਸਿੱਖੀ ਬਾਗ ਦੇ ਬਗੀਚੇ ਨੇ ਅਸੀਂ ਪਹਰ ਦੋ, ਹੱਥ ਵੇਖੇ ਬਿਨਾਂ ਵੈਰੀਆਂ ਨੀ ਪਾਉਣਾ ਸੂਰ ਨਾ, ਆਰੇ ਨਾਗਣੀ ਤੂੰ ਆਪੀ ਨੂੰ ਭਜਾਉਣਾ ਸੂਰ ਨਾ, ਜਿੱਥੇ ਜਾ ਲੜਾ ਰਿਓ ਭਾਵੇਂ ਪਿੰਗਲਾ ਪਹਾੜ ਤੇ ਚੜਾ ਰਿਓ, ਭਾਵੇਂ ਚਿੜੀਆਂ ਦਾ ਬਾਜ ਤੜਵਾ ਰਿਓ, ਤੁਹਾਨੂੰ ਮਾਲ ਮੰਦਰਾਂ ਦੇ ਸਾਰੇ ਹਾਲ ਮਾਲਕਾ, ਚਾਹੇ ਕੀੜੀ ਨੂੰ ਲੜਾ ਲੈ ਹਾਥੀ ਨਾਲ ਮਾਲਕਾ, ਸਿੰਘ ਜਥਾ ਲੈ ਕੇ ਪਿੱਛੇ ਆਵੇਗਾ, ਉਹਦੇ ਸਿੰਘ ਜਥਾ ਲੈ ਕੇ ਪਿੱਛੇ ਆਵੇਗਾ, ਇਹਦਾ ਸਾਰਾ ਜਥਾ ਵੈਰੀਆਂ ਤੇ ਤਾਵੇਗਾ, ਸੱਜੇ ਪਾਸੇ ਵਾਲੀ ਫੌਜ ਇਹ ਪੁਜਾਵੇਗਾ, ਪਾਪ ਮਾਰਨਾ ਤੇ ਸੱਚ ਨੂੰ ਬਚਾਉਣਾ ਸੂਰ ਨਾ, ਆਲੇ ਨਾਗਣੀ ਤੂੰ ਆਪੀ ਨੂੰ ਬਚਾਉਣਾ ਸੂਰ ਨਾ, ਅੱਖ ਸੂਰ ਮੇਰੀ ਜਾਗਦੀ ਮਸਾਲ ਜੋ, ਸ਼ੇਰ ਵਾਂਗ ਖੜਾ ਮੌਤ ਦੇ ਦਲਾਲ ਜੋ, ਕੀ ਸਫਤ ਕਰਾ ਸਿੰਘ ਦਾ ਸਿਹਾਲ ਜੋ, ਜੰਗੀ ਢੰਗ ਦਿੱਤੇ ਜਿਹਨੂੰ ਤੂੰ ਸਿਖਾ ਮਾਲਕਾ, ਚਾਹੇ ਕੀੜੀ ਨੂੰ ਲੜਾ ਲੈ ਹਾਥੀ ਨਾਲ ਮਾਲਕਾ, ਗਿੱਦੜਾਂ ਦੀ ਫੌਜ ਵੇਖ ਸ਼ੇਰ ਨੂੰ, ਹਾਥੀ ਸਾਹਮਣੇ ਤਿਆਰ ਕੀਤਾ ਕੇਰ ਨੂੰ, ਫੌਜ ਰਾਜਿਆਂ ਦੀ ਨਸ ਜੂ ਸਵੇਰ ਨੂੰ, ਸਿੰਘਾਂ ਜਿੱਤ ਦਾ ਨਗਾਰਾ ਖੜਕਾਉਣਾ ਸੂਰ ਨਾ, ਆਲੇ ਨਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰ ਨਾ, ਆਪੋ ਆਪਣੀ ਸੁਧਾਰੀ ਡਿਊਟੀ ਫੌਜੀਆਂ, ਆਪੋ ਆਪਣੀ ਸੁਧਾਰੀ ਡਿਊਟੀ ਫੌਜੀਆਂ, ਚੰਡੀ ਪੜੀ ਸਾਰੇ ਮਾਰਦੇ ਆ ਫੌਜੀਆਂ, ਜਿੱਤਾਂ ਜਿਨ੍ਹਾਂ ਨੂੰ ਅਰੇ ਗਵਾਰ ਸੌਜੀਆਂ, ਜੋ ਵੀ ਕਹਿੰਦਾ ਅਰੇ ਕੀ ਵੀ ਹੈ ਮਲਾਲ ਮਾਲਕਾ, ਚਾਹੇ ਕੀੜੀ ਨੂੰ ਲੜਾ ਲੈ ਹਾਥੀ ਨਾਲ ਮਾਲਕਾ। ਸਤਿਗੁਰੂ ਕਹਿੰਦੇ ਬਚਿੱਤਰ ਸਿੰਘਾ, ਉਹ ਬਾਈ ਧਾਰੀਆਂ ਰਾਜਿਆਂ ਦੀ ਫੌਜ ਵਿੱਚ ਜਾਨਵਰ ਫਿਰਦਾ ਵੇਖਾਂ ਜਰਾ ਕਿਹੜਾ ਜਾਨਵਰ। ਬਚਿੱਤਰ ਸਿੰਘ ਨੇ ਵੇਖਿਆ, ਕਹਿੰਦਾ ਪਾਤਸ਼ਾਹ ਉਹ ਝੂਟਾ ਜਿਹਾ ਝੂਟਾ ਕੋਈ, ਆਖੋ ਤੇ ਫੜ ਲਿਆ ਵਾ ਕੰਨੋ, ਕਰਦਿਆ ਤੁਹਾਡੇ ਸਾਹਮਣੇ ਪੇਸ਼। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸੂਰਮਾ ਪੂਰਾ ਤਿਆਰ ਹੈ, ਭਰੋਸਾ ਹੋਵੇ ਕਲਗੀਆਂ ਵਾਲੇ ਤੇ ਫਿਰ ਸੂਰਮਾ ਕਮਜ਼ੋਰ ਹੋਵੇ ਤੇ ਕਲਗੀਆਂ ਵਾਲੇ ਦਾ ਸੂਰਮਾ ਕੀ ਹੋਇਆ। ਬਾਈ ਧਾਰ ਦੇ ਰਾਜਿਆਂ ਦਾ ਹਾਥੀ ਸ਼ਰਾਬੀ ਵੇਖ ਕੇ, ਫੌਜ ਤਿਆਰ ਹੁੰਦੀ ਵੇਖ ਕੇ ਬਚਿੱਤਰ ਸਿੰਘ ਸੂਰਮਾ ਤਿਆਰੀ ਕਰਦਾ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਤਿਆਰੀ ਵੇਖ ਕੇ ਮੁਸਕਰਾ ਰਹੇ ਨੇ। ਲੈਣਾ ਕਾਬਲੇ ਗੌਰ ਨੇ ਸੁਣੀਏ, ਦਸਵੇਂ ਗੁਰਾਂ ਨੇ ਸਿੰਘ ਤਿਆਰ ਕੀਤਾ, ਮੋਢੇ ਢਾਲ ਤੇ ਹੱਥ ਤਲਵਾਰ ਵੇ ਕੇ, ਹੈ ਸੀ ਚਮਕਦੇ ਚੱਕਰ ਦਮਾਲੇ ਉੱਤੇ, ਘੋੜਾ ਦੌੜਨਾ ਤੇਜ਼ ਰਫ਼ਤਾਰ ਦੇ ਕੇ, ਹੱਥ ਵਿੱਚ ਸਧਿਆਈ ਦੀ ਕਲਾ ਹੋਵੇ,
ਖੁਸ਼ੀ ਵਿੱਚ ਲੁੱਡੀਆਂ ਪਾ ਰਹੇ ਸਨ। ਹਾਥੀ ਨੂੰ ਸ਼ਰਾਬ ਪਿਆਈ ਜਾ ਰਹੀ ਸੀ, ਸੁਣ ਨਾਲ ਤਲਵਾਰਾਂ ਬੱਧੀਆਂ ਜਾ ਰਹੀਆਂ ਸਨ, ਅੱਖਾਂ ਤੇ ਫਲਾਦੀ ਤਵੇ ਬੱਧੇ ਜਾ ਰਹੇ ਸਨ। ਉਹ ਨਹੀਂ ਸੀ ਜਾਣਦੇ ਕਿ ਇਹਦਾ ਮੁਕਾਬਲਾ ਕਰਨ ਵਾਲਾ ਵੀ ਕਲਗੀਆਂ ਵਾਲੇ ਪਾਤਸ਼ਾਹ ਕੋਲ ਵੀ ਜੰਗੀ ਜੋਧਾ ਹੋਵੇਗਾ। ਇੱਧਰ ਰਜਾ ਕੇ ਸ਼ਰਾਬ ਨਾਲ ਹਾਥੀ, ਬਾਈ ਧਾਰ ਦੇ ਰਾਜੇ ਕਰਕੇ ਪੂਰੀ ਤਿਆਰੀ, ਅਨੰਦਪੁਰ ਸਾਹਿਬ ਦੇ ਕਿਲੇ ਦਾ ਦਰਵਾਜ਼ਾ ਤੋੜਨਾ ਚਾਹੁੰਦੇ ਨੇ। ਇੱਧਰ ਕਲਗੀਆਂ ਵਾਲੇ ਦਾ ਸੂਰਮਾ ਲੈ ਕੇ ਥਾਪੜਾ ਗੁਰਦੇਵ ਤੋਂ ਨਿਕਲਿਆ ਕਿਲੇ ਤੋਂ ਬਾਹਰ, ਆਪਣੇ ਸੂਰਮਿਆਂ ਸਮੇਤ ਬਾਈ ਧਾਰ ਦੇ ਰਾਜਿਆਂ ਦੀ ਫੌਜ ਦਾ ਮੁਕਾਬਲਾ ਕਿਵੇਂ ਕਰਦਾ ਹੈ, ਕਿਉਂ ਬੇਨਤੀ ਕੀਤੀ ਜਾ ਰਹੀ ਹੈ। ਹਾਥੀ ਰੱਜਿਆ ਸ਼ਰਾਬ ਨਾਲ ਆਇਆ, ਸਿੰਘਾਂ ਨੂੰ ਮਕਾਉਣ ਬਾਦਲ ਗੁਰੂ ਦਾ ਸਵੇ, ਗੁਰੂ ਦਾ ਸਵੇ ਸ਼ਿੰਗਾਰ ਕੇ ਸਿੰਘ ਨੂੰ ਭੇਜਿਆ ਲੜਨ ਵਾਸਤੇ, ਥਾਂ ਥਾਂ ਡਿਊਟੀਆਂ ਲਾਈਆਂ, ਕੁਝ ਫੌਜ ਰੱਖੀ ਰਾਜਵੀ ਸ਼ੇਰ ਕਿਲੇ ਚੋਂ, ਸ਼ੇਰ ਕਿਲੇ ਚੋਂ ਇਸ ਤਰ੍ਹਾਂ ਕੁੱਦਿਆ ਬਾਹਰ ਜਿਵੇਂ ਕੂੰਜਾਂ ਨੂੰ ਪਵੇ ਗੁਰਾਂ ਭੇਜਿਆ। ਹਾਥੀ ਰੱਜਿਆ ਸ਼ਰਾਬ ਨਾਲ ਆਇਆ, ਸਿੰਘਾਂ ਨੂੰ ਮਕਾਉਣ ਬਾਦਲ ਗੁਰੂ ਦਾ ਸਵੇ, ਗੁਰੂ ਦਾ ਸਵੇ ਸ਼ਿੰਗਾਰ ਕੇ ਸਿੰਘ ਨੂੰ ਭੇਜਿਆ ਲੜਨ ਵਾਸਤੇ, ਥਾਂ ਥਾਂ ਡਿਊਟੀਆਂ ਡਿਊਟੀਆਂ ਸਭ ਸੁਣੀਆਂ ਲਾਈਆਂ, ਕੁਝ ਫੌਜ ਰੱਖੀ ਰਾਖਵੀ ਸ਼ੇਰ ਕਿਲੇ ਚੋਂ, ਸ਼ੇਰ ਕਿਲੇ ਚੋਂ ਇਸ ਤਰ੍ਹਾਂ ਕੁੱਦਿਆ ਬਾਹਰ ਜਿਵੇਂ ਕੂੰਜਾਂ ਨੂੰ ਪਵੇ ਗੁਰਾਂ ਭੇਜਿਆ, ਗੁਰਾਂ ਭੇਜਿਆ ਵੀ ਉਹ ਤੂੰ ਸਮਝਾ ਕੇ ਥਾਪੀ ਦਿੱਤੀ ਸੂਰਮੇ ਨੂੰ, ਸਿੰਘ ਸੂਰਮਾ, ਸਿੰਘ ਸੂਰਮਾ ਸ਼ੇਰ ਕੇ ਘੋੜਾ ਉਹ ਹਾਥੀ ਮੂਰੇ ਆਣ ਡਟਿਆ, ਜਾਨੇ ਜਾ ਮਾਰਿਆ, ਜਾਨੇ ਜਾ ਮਾਰਿਆ ਜੋਸ਼ ਵਿੱਚ ਆ ਕੇ ਲੰਘ ਗਿਆ ਅੱਖ ਪਾੜ ਕੇ, ਹਾਥੀ ਸੱਟ ਖਾ, ਹਾਥੀ ਸੱਟ ਖਾ ਪਿਛਾਂ ਨੂੰ ਭੱਜਿਆ, ਸ਼ੇਰ ਨੇ ਜਕਾਰੇ ਛੱਡ ਤੇ ਚੀਕ ਮਾਰਦਾ, ਚੀਕ ਮਾਰਦਾ ਭਜਾ ਦਾ ਹਾਥੀ ਉਹ ਵੈਰੀਆਂ ਦੀ ਫੌਜ ਮਾਰਦਾ, ਬਾਕੀ ਸਿੰਘਾਂ ਨੇ, ਬਾਕੀ ਸਿੰਘਾਂ ਨੇ ਕੀਤੇ ਹੱਥ ਐਸੇ, ਉਹ ਵੈਰੀਆਂ ਨੂੰ ਪੰਜਾਂ ਭੱਜਣ ਜਿਹੜੇ ਕਹਿੰਦੇ ਸੀ, ਜਿਹੜੇ ਕਹਿੰਦੇ ਸੀ ਅਨੰਦਪੁਰ ਲੁੱਟਣਾ, ਕਹਿੰਦੇ ਸੀ ਅਨੰਦਪੁਰ ਲੁੱਟਣਾ, ਜੀਵਨ ਦੀ ਆਸ ਨਾ ਰਹੀ ਰਾਜਾ ਕੇਸਰੀ, ਰਾਜਾ ਕੇਸਰੀ ਭਜਾ ਕੇ ਘੋੜਾ ਪੂਰੇ ਸਿੰਘ ਵੱਲੇ ਨੱਸਿਆ, ਸਿੰਘਾਂ ਜਾਵੀ ਨਾ, ਸਿੰਘਾਂ ਜਾਵੀ ਨਾ ਆਣ ਕੇ ਕਹਿੰਦਾ, ਜਾਵੀ ਨਾ ਆਣ ਕੇ ਕਹਿੰਦਾ ਉਹ ਮੌਤ ਤੈਨੂੰ ਵਾਜਾਂ ਮਾਰਦੀ, ਉਹਦੇ ਸਿੰਘ ਨੇ, ਉਹਦੇ ਸਿੰਘ ਨੇ ਜਕਾਰਾ ਛੱਡਿਆ, ਕਰ ਪਹਿਲਾ ਵਾਰ ਰਾਜਿਆ ਫੇਰ ਕਹੀ ਨਾ, ਫੇਰ ਕਹੀ ਨਾ ਮੈਂ ਐਵੇਂ ਗਿਆ ਮਾਰਿਆ, ਲਾਲਾ ਜਿੰਨਾ ਜੋਰ ਲੱਗਦਾ ਰਾਜੇ ਕੇਸਰੀ, ਰਾਜੇ ਕੇਸਰੀ ਗੁੱਸੇ ਦੇ ਵਿੱਚ ਆਣ ਕੇ ਵਾਰ ਕੀਤਾ ਸੂਰਮੇ ਤੇ, ਝੱਟ ਪੈਦੜਾ, ਝੱਟ ਪੈਦੜਾ ਬਦਲ ਕੇ ਜੋਰਾ ਵਾਰ ਨੂੰ ਬਚਾ ਕੇ ਬੋਲਿਆ, ਹੋਰ ਵਾਰ ਜੇ, ਹੋਰ ਵਾਰ ਜੇ ਤੈ ਤੂੰ ਕਰਨਾ ਉਹ ਦਿਲੀ ਯਾਰ ਮਾਨ ਨਾ ਰਹੇ, ਵਾਰ ਦੂਸਰਾ, ਵਾਰ ਦੂਸਰਾ ਨਿਸ਼ਾਨਾ ਲੈ ਕੇ ਮਾਰਿਆ, ਖਾਲੀ ਗਿਆ ਉਹੀ ਵਾਰ ਜਾ ਲੱਗਾ ਭੱਜਣ, ਲੱਗਾ ਭੱਜਣ ਪਛਾਣ ਨੂੰ ਰਾਜਾ, ਉਹਦੇ ਸਿੰਘ ਆਖੇ ਮਿੱਤੜਾ ਭਾਜੀ ਕੱਲੀ ਉਹ, ਭਾਜੀ ਕੱਲੀ ਉਹ ਤੇ ਲੈ ਜਾਈ ਨੇਂਦਾ, ਕੱਲੀ ਉਹ ਤੇ ਲੈ ਜਾਈ ਨੋਂਦਾ, ਉਹ ਵੀ ਤੈਨੂੰ ਮਾਣ ਨਾ ਰਹੇ, ਨੇਜਾ ਸ਼ੇਰ ਨੇ, ਨੇਜਾ ਸ਼ੇਰ ਨੇ ਰਗਾਂ ਦੇ ਵਿੱਚ ਮਾਰਿਆ, ਘੋੜੇ ਉੱਤੋਂ ਥੱਲੇ ਜਾ ਪਿਆ ਬਾਈ ਧਾਰ ਦੇ, ਬਾਈ ਧਾਰ ਦੇ ਸਿਪਾਹੀ ਸਾਰੇ ਭੱਜ ਗਏ, ਭੱਜ ਪਰੇ ਰਣ ਛੱਡ ਕੇ ਆਪੋ ਆਪਣੇ, ਆਪੋ ਆਪਣੇ ਅੱਡੇ ਦੇ ਉੱਤੇ ਪੜੇ, ਗੁਰੂ ਜੀ ਦੇ ਸਿੰਘ ਸੂਰਮੇ ਚੋਜੀ ਪਾਤਸ਼ਾਹ, ਚੋਜੀ ਪਾਤਸ਼ਾਹ ਕਹਿਣ ਸਿੰਘੋ ਸੂਰਿਓ ਅੱਜ ਤੁਸਾਂ ਲਾਜ ਰੱਖ ਲਈ, ਜਿੱਤ ਖੁਸ਼ੀ ਦੇ, ਜਿੱਤ ਖੁਸ਼ੀ ਦੇ ਨਗਾਰੇ ਵੱਜਦੇ, ਜੈ ਜੈਕਾਰ ਹੋਈ ਗੁਰਾਂ ਦੀ ਵਿੱਚ ਕਿਲੇ ਦੇ, ਵਿੱਚ ਕਿਲੇ ਦੇ ਦੀਵਾਨ ਫੇਰ ਸੱਜਿਆ, ਸਭ ਨੂੰ ਸ਼ਬਾਸ਼ ਮਿਲੀ ਵਿੱਚ ਖੁਸ਼ੀ ਦੇ, ਵਿੱਚ ਖੁਸ਼ੀ ਦੇ ਜੈਕਾਰੇ ਛੱਡ ਦੇ, ਲੰਗਰ ਤਿਆਰ ਹੋ ਗਿਆ ਬੇਗਾਂ ਗਾੜੀਆਂ, ਬੇਗਾਂ ਗਾੜੀਆਂ ਸ਼ਿਕਾਈਆਂ ਸਭ ਨੂੰ, ਸੂਰਮੇ ਦਲੇਰ ਗੱਜਦੇ ਜਿਵੇਂ ਸ਼ੇਰਾਂ ਨੇ, ਜਿਵੇਂ ਸ਼ੇਰਾਂ ਨੇ ਮਾਰੀਆਂ ਤੇਗਾਂ, ਸ਼ਹਿਰਾਂ ਨੇ ਬਣਾਈਆਂ ਸ਼ੈਰੀਆਂ ਵੰਡੇ ਦੱਸਵੇ, ਵੰਡੇ ਦੱਸਵੇ ਗੁਰਾਂ ਨੇ ਹੱਥੀ ਆਪਣੀ, ਜਿਹੜੇ ਸੀ ਨਾਮ ਵੰਡਣੇ ਮਾਨ ਸਾਹਿਬ ਦਾ, ਮਾਨ ਸਾਹਿਬ ਦਾ ਗੁਰਾਂ ਨੇ ਕੀਤਾ ਧੰਨਵਾਦ ਕੀਤਾ ਫੌਜ ਦਾ, ਕਿਹੜੀ ਮਿੱਟੀ ਦੇ, ਕਿਹੜੀ ਮਿੱਟੀ ਦੇ ਬਣੇ ਨੇ ਸਿੰਘ ਸੂਰੇ, ਸੋ ਕਰੇ ਸਿਪਾਹੀ ਧਾਰੀਏ, ਜਦ ਤੱਕ ਇਹ, ਜਦ ਤੱਕ ਰਹੇਗੀ ਦੁਨੀਆਂ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।